ਆਪ ਛੁਡਾਵੋ ਇਹ ਭਿੱਤਰ ਤੇ ਇਨਕੋ ਡਾਰੋ, ਆਪਣ ਨਿਕਟ ਬੁਲਾਵੋ, ਆਪਣ ਨਿਕਟ ਬੁਲਾਵੋ, ਅਗਮ ਅਗੋਚਰ ਸੱਚ ਸਾਹਿਬ ਮੇਰਾ, ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ, ਦੇਹੋ ਮੋਹਿ ਪਰਦੇਸਣ ਦੂਰ ਤੇ ਆਈ, ਮੋਹਿ ਪਰਦੇਸਣ ਦੂਰ ਤੇ ਆਈ, ਮੋਹਿ ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਦੇਹੋ ਆਪਣਾ ਨਾਮ, ਦਿਓ ਆਪਣਾ ਨਾਮ, ਦਿਓ ਰੱਬੀ ਬਾਣੀ ਦਾ ਕੀਰਤਨ। ਆਪ ਜੀ ਨੇ ਇੱਥੋਂ ਦੇ ਹਜ਼ੂਰੀ ਰਾਗੀ ਕੋਲ ਸੁਣਿਆ, ਸੁਚੇਤ ਹੋ, ਦੋ ਤਰ੍ਹਾਂ ਦਾ ਕੀਰਤਨ ਹੁੰਦਾ, ਇੱਕ ਤੇ ਨੇਮ ਹੁੰਦਾ, ਇੱਕ ਤੇ ਕੀਰਤਨ ਨੇਮ ਆ ਵੀ ਕਰਨਾ ਹੀ ਪੈਣਾ, ਆਖੋ ਵਾਹਿਗੁਰੂ। ਇੱਕ ਪ੍ਰੇਮ ਹੁੰਦਾ, ਜਦੋਂ ਕੋਈ ਕੀਰਤਨੀ ਆ ਬਾਣੀ ਦਾ ਪ੍ਰੇਮ ਨਾਲ ਕੀਰਤਨ ਕਰਦਾ ਹੈ, ਅਤੇ ਜਿਹੜੇ ਜਿਹੜੇ ਉਹ ਬੋਲ ਅਗੰਮੀ ਬੋਲਦਾ ਹੈ ਉਹਦੇ 'ਚੋਂ ਝਲਕ ਪੈਂਦੀ ਆ ਵੀ ਬੋਲੇ ਹੋਏ ਬੋਲਾਂ ਦੇ ਵਿੱਚੋਂ ਇਸ ਕੀਰਤਨ ਕਰਨ ਵਾਲੇ ਨੂੰ ਦੀਦਾਰ ਹੋ ਰਿਹਾ, ਆਖੋ ਵਾਹਿਗੁਰੂ। ਕੋਈ ਪਕੜ ਚਾਹੀ ਗੱਲ, ਬੋਲੇ ਹੋਏ ਬੋਲਾਂ ਦੇ ਵਿੱਚੋਂ ਇਸ ਕੀਰਤਨ ਕਰਨ ਵਾਲੇ ਨੂੰ ਕੁਛ ਦਿਸ ਰਿਹਾ ਹੈ। ਬਹੁਤ ਸਾਰੇ ਕੀਰਤਨੀ ਹੈ ਜਿਨ੍ਹਾਂ ਬਾਰੇ ਗੁਰੂ ਰਾਮਦਾਸ ਜੀ ਨੇ ਲਿਖਿਆ, ਕੋਈ ਗਾਵੇ ਰਾਗੀ ਨਾਦੀ ਬੇਦੀ ਨਹੀਂ ਹਰ ਹਰ ਪੀਜੇ ਰਾਮ ਰਾਜੇ, ਬੜੇ ਬੜੇ ਰਾਗ ਗਾਉਣ ਵਾਲੇ ਨੇ, ਬੜੇ ਬੜੇ ਸੁਰ ਤਾਲ 'ਚ ਗਾਉਣ ਵਾਲੇ ਲੋਕ ਨੇ, ਆਖੋ ਵਾਹਿਗੁਰੂ।
ਉੱਚੀ ਬੋਲਿਆ ਕਰੋ। ਰਾਗ ਵਿੱਚ ਗਾਉਣ ਵਾਲੇ ਅਤੇ ਸੁਰ ਤਾਲ ਵਿੱਚ ਗਾਉਣ ਵਾਲੇ ਬਹੁਤ ਸਾਰੇ ਰਾਗੀ ਨੇ, ਮਗਰ ਜ਼ਰੂਰੀ ਨਹੀਂ ਜੋ ਉਹ ਗਾਉਂਦੇ ਉਹਨਾਂ ਨੂੰ ਦਿਸਦਾ ਹੋਵੇ। ਪਤਾ ਤਾਂ ਨਹੀਂ ਲੱਗ ਰਿਹਾ ਜੋ ਉਹਨਾਂ ਨੂੰ। ਇਹਦਾ ਮਤਲਬ ਇਹ ਹੈ ਵੀ ਜੇ ਕੋਈ ਭਾਈ ਸਾਹਿਬ ਜੀ ਸ਼ਬਦ ਪੜ੍ਹਦੇ ਸੀ ਵੀ ਹਰ ਕਾ ਬਲੋਬਨਾ, ਇਸ ਗੱਲ ਦਾ ਪਤਾ ਹੋਣਾ ਵੀ ਮੈਂ ਜੋ ਕਹਿ ਰਿਹਾ ਗੱਲ ਕੀ ਹੈ, ਇਹਨੂੰ ਕਹਿੰਦੇ ਦਰਸ਼ਨ। ਅੱਖ ਵਾਹਿਗੁਰੂ, ਉੱਚੀ ਬੋਲੋ ਥੋੜ੍ਹਾ ਜਿਹਾ ਤਾਂ ਤੁਹਾਨੂੰ ਪਤਾ ਲੱਗ ਰਿਹਾ ਮੈਂ ਕੀ ਕਹਿ ਰਿਹਾ। ਜੋ ਗਾਇਆ ਹਰ ਕਾ ਬਲੋਵਨਾ, ਬਲੋਵਨਾ ਦਾ ਮਤਲਬ ਹੁੰਦਾ ਰਿੜਕਣਾ। ਇੱਕ ਵਾਰ ਬੋਲੋ ਕੀ, ਜਿਸ ਤਰ੍ਹਾਂ ਦੁੱਧ, ਇਸ ਤਰ੍ਹਾਂ ਹੀ ਨਾਮ ਜਪਣਾ ਵੀ ਇੱਕ ਸ਼ਬਦ ਨੂੰ ਰਿੜਕਣਾ ਹੈ। ਅੱਖ ਵਾਹਿਗੁਰੂ ਕਹਿੰਦੇ ਉਹ ਨਾਮ ਦੀ ਮਧਾਣੀ ਪਾ ਅਤੇ ਇੰਨਾ ਚੇਤਾ ਰੱਖੀ, ਸਹਿਜ ਵਿੱਚ ਜਪੀ, ਸਹਿਜੇ ਗਾਵਿਆ ਥਾਂ ਪਵੇ। ਬੋਲੋ ਜਰਾ, ਜਿਹੜਾ ਸਹਿਜ ਵਿੱਚ ਵਾਹਿਗੁਰੂ 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 ਵਾਹਿ ਧੁਨੀ ਚੋਂ ਵਾਹਿਗੁਰੂ 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 ਵਾਹਿ ਗੁਰੂ ਵਾਹਿਗੁਰੂ 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 ਵਾਹਿ ਜੁੜ ਕੇ ਜੁੜੋ ਜੁੜੋ ਸਤਨਾਮ ਸ੍ਰੀ ਵਾਹਿਗੁਰੂ। ਇਸ਼ਾਰਾ ਬੜਾ ਸਿੱਧਾ ਹੈ, ਮਧਾਣੀ ਚਲਾਉਣਾ ਅਤੇ ਨਾਮ ਜਪਣਾ। ਜਿਨ੍ਹਾਂ ਜਿਨ੍ਹਾਂ ਭਗਤਾਂ ਨੇ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਗੱਲਾਂ ਕੀਤੀਆਂ ਨਾ, ਜੇ ਕੱਪੜੇ ਬੁਣੇ ਅਤੇ ਕੱਪੜੇ ਬੁਣਦਾ ਬੁਣਦਾ ਹੀ ਅਸਲੀ ਕੱਪੜਾ ਬੁਣ ਗਿਆ ਨਹੀਂ ਪਤਾ ਲੱਗਦਾ। ਕੱਪੜੇ ਬੁਣੇ ਅਤੇ ਕੱਪੜੇ ਬੁਣਦਾ ਬੁਣਦਾ ਹੀ ਅਸਲੀ ਕੱਪੜਾ ਬਣ ਗਿਆ। ਲੋਕਾਂ ਦੇ ਦਿਲ 'ਚ ਆਏ ਸੂਤ ਕੱਤ ਕੱਤ ਕੇ ਅਤੇ ਕੱਪੜੇ ਬਣਾ ਰਿਹਾ, ਉਹ ਕਹਿੰਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਾ
ਕਿਸੇ ਨੂੰ ਪਤਾ ਹੀ ਨਹੀਂ ਲੱਗਾ ਮੈਂ ਕਰ ਕੀ ਰਿਹਾ। ਭਾਈ ਸਾਹਿਬ ਜੀ ਤੁਸੀਂ ਤਾਂ ਕਥਾ ਵਿੱਚ ਕਹੋ ਆਖੋ ਵਾਹਿਗੁਰੂ, ਉਹਨੂੰ ਪਤਾ ਹੀ ਨਹੀਂ ਲੱਗਾ। ਸਭ ਜਗ ਆਣ ਤਨਾਇਓ ਤਨ, ਤਨਾਇਓ ਤਾਣ, ਤਾਣਾ ਪਿੱਟਾ, ਆਖੋ ਵਾਹਿਗੁਰੂ। ਕੋਰੀ 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 ਮੀਨ ਜੁਲਾਹਾ, ਹਾਜ਼ਰ ਹੋ ਕੋਰੀ ਮੀਨ ਜੁਲਾਹਾ, ਜਾਣਦੇ ਹੋ ਕੱਪੜੇ ਬੁਣਨ ਵਾਲਾ, ਆਖੋ ਵਾਹਿਗੁਰੂ। ਕਹਿੰਦੇ ਅਸੀਂ ਮੌਜ ਵਿੱਚ ਬੈਠਾ, ਜੇ ਦੁੱਧ ਰਿੜਕਿਆ ਤੇ ਦੁੱਧ ਰਿੜਕਦਿਆਂ ਰਿੜਕਦਿਆਂ ਹੀ ਸਭ ਕੁਛ ਪਾ ਲਿਆ। ਦੁੱਧ ਰਿੜਕਣ ਦੀ ਇੱਕ ਪ੍ਰਕਰਨ ਲੈ, ਬਸ ਠੀਕ ਆ ਜੀ, ਦੁੱਧ ਲੈਣ ਦਾ, ਦੁੱਧ ਰਿੜਕਣ ਦਾ ਇੱਕ ਪ੍ਰਕਰਨ ਲੈ ਕੇ ਤੁਰਿਆ ਅਤੇ ਜੁੜਿਆ ਸੀ ਨਾ। ਇਹ ਨਹੀਂ ਸੀ ਮਧਾਣੀ ਰਿੜਕ ਰਿਹਾ ਅਤੇ ਆਪ ਕਿਤੇ ਤੁਰਿਆ ਫਿਰਦਾ, ਆਖੋ ਵਾਹਿਗੁਰੂ। ਇਹ ਹੀ ਕਹਾਣੀ ਤੁਹਾਡੀ ਅਤੇ ਮੇਰੀ, ਚੌਂਕੜਾ ਮਾਰ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ, ਆਪ ਵਿੱਚੋਂ ਕਿਤੇ ਚਲੇ ਗਏ। ਜੇ ਕੱਪੜੇ ਬੁਣੇ ਤਾਂ ਕੱਪੜੇ ਬੁਣਦਿਆਂ ਇੰਨੇ ਸੋਹਣੇ ਬਚਨ ਕਹਿ, ਅਸੀਂ ਤਾਂ ਅੱਗੇ ਬੇਨਤੀ ਕਰਦਾ, ਵਾਰ ਵਾਰ ਕਰਦਾ, ਅਸੀਂ ਮੱਥਾ ਟੇਕ ਕੇ ਚਲੇ ਗਏ ਗੁਰੂ ਨੂੰ। ਨਾ ਤਾਂ ਅਸੀਂ ਕੱਪੜੇ ਬੁਣ ਸਕੇ, ਨਾ ਅਸੀਂ ਦੁੱਧ ਰਿੜਕ ਸਕੇ, ਕਿਉਂਕਿ ਵਿੱਚ ਡੁੱਬੇ ਨਹੀਂ, ਉਸ ਗੱਲ ਦੇ ਵਿੱਚ ਡੁੱਬੇ ਨਹੀਂ, ਵਿੱਚ ਜੁੜੇ ਨਹੀਂ। ਜੇ ਉਹਨੇ ਦੁੱਧ ਰਿੜਕਿਆ ਤਾਂ ਦੁੱਧ ਰਿੜਕਣ ਦੇ ਵਿੱਚੋਂ ਵੀ ਆਖਿਆ, ਲੋਕੋ ਆਓ ਮੈਂ ਤੁਹਾਨੂੰ ਦੁੱਧ ਰਿੜਕਣ ਦੀ ਜਿਸ ਤਰ੍ਹਾਂ ਪੂਰੀ ਯੁਗਤੀ ਦੱਸਾਂ, ਦੁੱਧ ਰਿੜਕਦਿਆਂ ਵੀ ਜਿਸ ਤਰ੍ਹਾਂ ਸਹਿਜ ਸਹਿਜ ਵਿੱਚ ਜਪੀਏ ਰਿੜਕੀਏ ਅਤੇ ਫਿਰ ਮੱਖਣ ਬਣਦਾ ਹੈ। ਪਤਾ ਤਾਂ ਨਹੀਂ ਹੋਣਾ ਇਸ ਗੱਲ ਦਾ ਵੀ ਨਹੀਂ, ਸਹਿਜ ਸਹਿਜ ਵਿੱਚ ਮਧਾਣੀ ਫੇਰੀਏ ਅਤੇ ਫਿਰ ਮੱਖਣ ਬਣਦਾ ਹੈ। ਜੇ ਬਹੁਤੀ ਐਂ ਐਂ ਕਰਕੇ ਫੇਰੀਏ ਅਤੇ ਮੱਖਣ ਸਾਰਾ ਭਾਂਡੇ ਨੂੰ ਲੱਗ ਜਾਂਦਾ ਹੈ, ਨਿਕਲਦਾ ਨਹੀਂ, ਆਖੋ ਵਾਹਿਗੁਰੂ। ਗੱਜ ਕੇ ਬੋਲੋ। ਹੁਣ ਜੇ ਕੱਪੜੇ ਬੁਣ ਰਿਹਾ ਹੈ ਅਤੇ ਕੋਰੀ ਕੋ ਦੱਸ, ਵੀਰ ਮੇਰੇ ਸੁਣੋ, ਕੋਰੀ ਕਹਿੰਦੇ ਜਲਾਹ ਨੂੰ, ਕਹਿੰਦੇ ਸਾਰੀ ਦੁਨੀਆ ਮੇਰੇ ਕੋਲ ਆਈ ਅਤੇ ਸੂਤ ਫੜਾ ਕੇ ਕਹਿੰਦੀ ਰਹੀ ਕੱਪੜੇ ਬਣਾਉਂਦੇ। ਕੋਰੀ ਕੋ ਕਾਹੂ ਮਰਮ ਨਾ ਜਾਨਾ, ਬੋਲੋ ਭਲਾ, ਕੋਰੀ ਕੋ ਮਤਲਬ ਸਮਝ ਲਿਆ ਹੋਊਗਾ ਹੁਣ ਤੇ, ਵੀ ਜਲਾਏ ਦਾ ਕਿਸੇ ਨੇ ਭੇਦ ਹੀ ਨਾ ਜਾਣਿਆ ਮੈਂ ਕਰ ਕੀ ਰਿਹਾ। ਲੋਕ ਕਹਿੰਦੇ ਉਹ ਕੱਪੜੇ ਬੁਣਦਾ, ਮੈਂ ਕੱਪੜੇ ਬੁਣਦੇ ਬੁਣਦੇ ਨੇ ਉਹ ਕੱਪੜਾ ਬੁਣ ਲਿਆ ਜਿਹਦੇ ਨਾਲ ਇੱਜ਼ਤ ਟੱਕੀ ਦੀ। ਲੋਕ ਇਹ ਹੀ ਵਹਿੰਦੇ ਰਹੇ ਵੀ ਇਹ ਉਹ ਕੱਪੜੇ ਬਣਾਉਂਦਾ ਹੈ ਜਿਹਦੇ ਨਾਲ ਸਰੀਰ ਟੱਕੀ ਦਾ ਹੈ, ਆਖੋ ਵਾਹਿਗੁਰੂ। ਕੋਰੀ ਕੋ ਕਹੂ ਮਰਮ ਨਾ ਜਾਨਾ, ਸਭ ਜਗ ਆਣ ਤਨਾਇਓ ਤਾਨਾ, ਸਭ ਜਗ ਤੇ ਜਿੱਦਣ ਕੱਪੜਾ ਬੁਣਿਆ ਗਿਆ, ਕਹਿਤ ਕਬੀਰ ਕਾਰਗਾ ਤੋਰੀ, ਨਹੀਂ ਪਤਾ ਲੱਗਾ ਕਾਰਗਾ, ਉਹ ਜਿਹੜੀ ਕੰਘੀ ਦੇ ਨਾਲ ਇਤਨਾ ਇਤਨਾ ਸੂਤ ਨੂੰ ਬੁਣਦੇ ਆ, ਆਪਣੀ ਉਮਰ ਦਿਆਂ ਨੂੰ ਪਤਾ ਹੈ, ਕੰਘੀਆਂ ਤੋੜ ਦਿੱਤੀਆਂ, ਛੱਡ ਦਿੱਤਾ ਵਿਖਾਵਾ, ਉਹ ਤੋੜਨਾ ਕੀ ਆ ਵਿਖਾਵਾ ਛੱਡਣਾ, ਹੁਣ ਅੰਦਰ ਹੀ ਚੱਲ ਰਿਹਾ ਹੈ, ਵਾਹਿਗੁਰੂ 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 ਵਾਹਿਗੁਰੂ, ਖੁੱਲ੍ਹ ਕੇ ਬੋਲੋ, ਆਨੰਦ ਆਓ। ਵਾਹਿਗੁਰੂ ਜੁੜੋ। ਵਾਹਿਗੁਰੂ।
ਭਾਗਾਂ ਨਾਲ ਘੜੀਆਂ ਮਿਲੀਆਂ। ਜਿਨ੍ਹਾਂ ਜਿਨ੍ਹਾਂ ਨੇ ਵੀ ਕੁਝ ਕੀਤਾ, ਰਵਿਦਾਸ ਨੇ ਜੁੱਤੀਆਂ ਗੰਢੀਆਂ, ਭਗਤ ਰਵਿਦਾਸ ਜੀ ਨੇ, ਪਤਾ ਲੱਗ ਰਿਹਾ ਪੁੱਤ, ਭਗਤ ਰਵਿਦਾਸ ਇਹਨੇ ਤਾਂ ਕੱਪੜੇ ਬੁਣੇ ਅਤੇ ਭਗਤ ਰਵਿਦਾਸ ਨੇ ਜੁੱਤੀਆਂ। ਉਹ ਕਹਿੰਦਾ ਮੈਂ ਜੁੱਤੀਆਂ ਗਣ-ਗਣ ਦੇ ਪਾ ਲਿਆ, ਮੈਂ ਇੱਥੇ ਸਭ ਕੁਝ ਸਿੱਖ ਲਿਆ ਜੁੱਤੀਆਂ ਗਣਦਿਆਂ ਹੀ। ਹਾਰ ਨਹੀਂ ਜੇ ਤੋਪੋ, ਨਹੀਂ ਰਾਂਭੀ ਠਾਉਂ ਰੋਪੋ, ਸਭ ਛੜਤੀ ਰੰਬੀ ਵੀ ਆਰ ਵੀ ਛੜਤੀ। ਆਰ ਸਮਝਦੇ ਹੋ ਜਿਹਦੇ ਨਾਲ ਜੁੱਤੀ ਗੰਢਦੇ, ਇਤਨਾ ਪਾਉਂਦੇ। ਕਹਿੰਦਾ ਇੱਕ ਦਿਨ ਆਇਆ ਜੁੱਤੀਆਂ ਗੰਢਦਿਆਂ ਗੰਢਦਿਆਂ ਸੁਰਤ ਜੁੜ ਗਈ, ਮੈਂ ਆਖਿਆ ਇਤਨਾ ਹੀ ਉਹ ਗੰਢੀ ਦੀ ਆ, ਸੋਨੇ ਕੀ ਸੂਈ ਇਤਨਾ ਹੀ ਉੱਥੇ ਧਾਗਾ ਪਾਈਦਾ ਹੈ। ਪਤਾ ਲੱਗ ਰਿਹਾ ਇਤਨਾ ਹੀ ਉੱਥੇ ਧਾਗਾ ਪਾਈਦਾ ਹੈ, ਜਿਤਨਾ ਇਸ ਜੁੱਤੀ ਗੰਢਣ ਨੂੰ ਧਾਗਾ ਪਾ ਕੇ ਤਾਂ ਖਿੱਚੀਦਾ ਹੈ, ਇਤਨਾ ਹੀ ਇੱਥੇ ਖਿੱਚੀਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੁੜੋ ਭਾਈ ਜੁੜੋ ਜੁੜੋ ਭਾਗਾਂ ਵਾਲਿਓ, ਗੁਰੂ ਵਾਹਿਗੁਰੂ 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 ਗੁਰੂ ਗੁਰੂ ਵਾਹਿਗੁਰੂ 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 ਜਿਉਂਦੇ ਰਹੋ, ਬੁਣ ਕੇ ਜਾਇਓ ਕੱਪੜੇ, ਗੰਢ ਕੇ ਜਾਇਓ ਜੁੱਤੀਆਂ, ਮੇਰੀਆਂ ਧੀਆਂ ਮੇਰੇ ਵੀਰ, ਜਿਤਨਾ ਉਹਨੇ ਜੁੱਤੀਆਂ ਗੰਢ ਦੇ ਸਿੱਖ ਲਿਆ, ਕੱਪੜੇ ਬੁਣਦੇ ਬੁਣਦੇ ਨੇ ਅਸਲੀ ਕੱਪੜਾ ਬੁਣ ਲਿਆ। ਵਾਹਿਗੁਰੂ 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 ਵਾਹਿਗੁਰੂ, ਬੁਣੋ 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 ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਬਚਨ ਹੋਰ ਕਹਿੰਦੇ, ਬੁਣ ਬੁਣ ਆਪ, ਪਤਾ ਲੱਗਾ ਕੀ ਮਤਲਬ ਬੁਣ ਬੁਣ। ਹੁਣ ਮੈਂ ਕਿਸੇ ਲਈ ਨਹੀਂ ਬੁਣਦਾ, ਹੁਣ ਮੈਂ ਆਪਣੇ ਪਰਦੇ ਢੱਕਣ ਲਈ। ਬੁਣ ਬੁਣ ਆਪ ਆਪ ਪਹਿਰਾਵਾਂ, ਬੁਣ ਬੁਣ ਕੇ ਕੱਪੜੇ, ਅਸਲੀ ਕੱਪੜਾ ਬੁਣ ਕੇ
ਹੁਣ ਮੈਂ ਆਪਣੇ ਪਰਦੇ ਢੱਕਦਾ, ਆਪ ਪਹਿਰਾਵਾਂ ਬਾਣੀ ਨੂੰ ਮੱਥਾ ਟੇਕ ਕੇ ਪੂਜਾ ਕਰਕੇ ਜਾਣ ਵਾਲੇ ਹੋ, ਕਦੀ ਗੁਰਬਾਣੀ ਦੇ ਦਰਸ਼ਨ ਕਰੋ। ਇਹਨੂੰ ਕਹਿੰਦੇ ਦਰਸ਼ਨ ਪਰਸੀਏ ਗੁਰੂ ਕੇ, ਭਾਈ ਸਾਹਿਬ ਜੀ ਦਰਸ਼ਨ ਪਰਸੀਏ। ਇਹਨੂੰ ਕਹਿੰਦੇ ਜਿੱਦਣ ਬਾਣੀ ਦੇ ਭਾਵ ਦੇ ਦਰਸ਼ਨ ਹੁੰਦੇ, ਆਖੋ ਵਾਹਿਗੁਰੂ ਬੁਣ ਬੁਣ ਆਪ ਆਪ ਪਹਿਰਾਵਾਂ, ਆਪਣੇ ਕੱਪੜੇ ਆਪ ਹੀ ਬੁਣ ਕੇ ਆਪਣੇ ਪਰਦੇ ਟੱਕਾਂ। ਫਿਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਬੜਾ ਨਾਮਦੇਵ ਦੇ ਰੂਪ 'ਚ ਕਹਿੰਦੇ, ਰੰਗ ਨ ਰੰਗੂ ਨਹੀਂ ਬਾਣੀ ਆਉਂਦੀ, ਰੰਗ ਕੱਪੜੇ ਰੰਗਦਾ ਸੀ ਨਾ ਉਹ ਜੁੱਤੀਆਂ ਗੰਢਦਾ, ਉਹ ਕੱਪੜੇ ਬੁਣਦਾ, ਆਖੋ ਵਾਹਿਗੁਰੂ। ਅਤੇ ਉਹ ਕੱਪੜੇ ਰੰਗਣ ਵਾਲਾ ਹੈ ਕੌਣ? ਭਗਤ ਨਾਮਦੇਵ। ਉੱਚੀ ਬੋਲੋ ਭਗਤ। ਕਹਿੰਦਾ ਦੁਨੀਆਂ ਦੇ ਲੋਕੋ ਵੇਖੋ ਮੈਂ ਕੀ ਸਿੱਖ ਲਿਆ, ਰੰਗ ਨ ਰੰਗੂ ਸੀਵਨ ਸੀਵੂ, ਮੈਂ ਵਿੱਚੋਂ ਇਹ ਰੰਗ ਲਿਆ ਸਿੱਖ ਲਿਆ ਵਿੱਚੋਂ, ਵੀ ਰੰਗ ਤੋਂ ਬਿਨਾਂ ਤਾਂ ਜ਼ਿੰਦਗੀ ਇੱਕ ਪੈਸੇ ਦੀ ਨਹੀਂ। ਰੰਗ ਨ ਰੰਗੂ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨ ਜੀਓ। ਪਤਾ ਲੱਗਿਆ ਰੰਗਦਿਆਂ ਰੰਗਦਿਆਂ ਇਹ ਸਿੱਖ ਲਿਆ ਵੀ ਬੇਰੰਗ ਵੀ ਕੋਈ ਜ਼ਿੰਦਗੀ ਹੈ, ਸਾਡੇ 'ਤੇ ਕੋਈ ਰੰਗ ਨਹੀਂ। ਹਾਜ਼ਰ ਹੋ ਸਾਡੀ ਜ਼ਿੰਦਗੀ 'ਚ ਕੋਈ ਨਾ 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 ਬੇਰੰਗ ਆ ਜ਼ਿੰਦਗੀ। ਜੋ ਕੁਛ ਕੀਤਾ ਰੰਗ ਆ, ਦੋ ਮਿੰਟ ਬਾਅਦ ਉਤਰ ਜਾਣਾ ਹੈ। ਮਾਇਆ ਕਾ, ਸਾਡੇ ਕੋਲ ਮਾਇਆ ਹੈ, ਗੁਰੂ ਤੁਹਾਨੂੰ ਬਖਸ਼ੇ ਜੇ ਤੁਸੀਂ ਮੰਗਦੇ ਹੋ ਤਾਂ, ਮੈਂ ਇਹ ਨਹੀਂ ਕਹਿੰਦਾ ਤੁਹਾਡੇ ਕੋਲ ਨਾ ਹੋਵੇ, ਆਖੋ ਵਾਹਿਗੁਰੂ। ਜੇ ਤੁਹਾਡੀ ਮੰਗ ਆ ਤਾਂ ਤੁਹਾਨੂੰ ਰੱਬ ਬਹੁਤ ਮਾਇਆ ਬਖਸ਼ੇ। ਮਗਰ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਣੋ, ਮਾਇਆ ਕਾ ਰੰਗ ਸਭ ਫਿੱਕਾ। ਚੜ੍ਹਾਉਣਾ ਚਾਹੁੰਦੇ ਹੋ ਬੁੱਤ ਬੋਲੋ, ਧੀਏ ਬੋਲ, ਨਹੀਂ ਮਾਇਆ ਦਾ ਰੰਗ ਫਿਰ ਚੜ੍ਹਾਉਣਾ ਚਾਹੁੰਦੇ ਹੋ ਆਪੇ ਤੇ? ਅੱਛਾ, ਮਾਇਆ ਕਾ ਰੰਗ ਸਭ ਫਿੱਕਾ, ਇਹ ਸਰੀਰ ਵੀ ਮਾਇਆ ਜੇ, ਪੈਸਾ ਵੀ ਮਾਇਆ ਜੇ, ਧੀਆਂ ਪੁੱਤਰ ਵੀ ਮਾਇਆ ਜੇ, ਜਵਾਨੀ ਵੀ ਮਾਇਆ ਜੇ, ਬਚਪਨ ਵੀ ਮਾਇਆ ਜੇ, ਅਤੇ ਇਹ ਰੰਗ ਸਾਰਾ ਫਿੱਕਾ ਹੈ। ਗੁਰਬਾਣੀ ਕਹਿੰਦੀ, ਪਰਮਜੀਤ ਸੋਨੀ ਕਹਿੰਦਾ, ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ। ਹੇ ਬੱਚਿਆਂ ਵਾਲੇ ਸੁਭਾਅ ਵਾਲੇ ਬੰਦਿਆ, ਇਹ ਸੁਭਾਅ ਇਹ ਰੰਗ ਇੱਕ ਮਿੰਟ ਵਿੱਚ ਲੱਥ ਜਾਂਦਾ ਹੈ ਜਿਹੜਾ ਤੂੰ ਚੜ੍ਹਾ ਕੇ ਬੈਠਾ ਹੈ। ਆਖੋ ਵਾਹਿਗੁਰੂ। ਉਹਨੇ ਕਿਹਾ ਮੈਂ ਉਹ ਰੰਗ ਚਾੜੂ, ਰੰਗ ਨ ਰੰਗੂ ਸੀਵਨ ਸੀਵੂ, ਉਹ ਰੰਗ ਚੜ ਜਾ ਮੇਰੇ ਤੇ ਜਦੋਂ ਫਿਰ ਰਾਮ ਨਾਮ ਬਿਨ ਘਰੀ ਨਾ ਜੀਓ, ਰਾਮ ਨਾਮ ਬਿਨ ਵਾਹਿਗੁਰੂ 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 ਵਾਹਿਗੁਰੂ। ਚੜਾਓ ਜੀ ਚੜਾਓ, ਮੇਰੀਆਂ ਬੱਚੀਆਂ ਰੰਗ ਚੜਾਉਣ ਲਈ ਅਰਦਾਸ ਕਰੋ ਮਹਾਰਾਜ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਤੁਸੀਂ ਨਾ ਹੱਥ ਜੋੜੇ, ਇੱਕ ਵਾਰ ਸਾਹਮਣੇ ਬੈਠੀ ਸਰਕਾਰ, ਮੈਂ ਤਾਂ ਕਹਿੰਦਾ ਤੁਹਾਨੂੰ ਗੁਰੂ ਕੇ ਸਿੱਖੋ, ਇੱਕ ਵਾਰ ਵੇਖ ਲਓ ਦਰਸ਼ਨ ਡਿੱਠੇ ਲੈਣ ਵਜੋਗਾ ਜੀਓ, ਦਰਸ਼ਨ ਕਰੋ ਗੁਰੂ ਗ੍ਰੰਥ ਸਾਹਿਬ ਦੇ, ਅਤੇ 100% ਮੰਨੋ ਵੀ ਮੇਰਾ ਗੁਰੂ ਮੇਰੇ ਸਾਹਮਣੇ ਪ੍ਰਕਾਸ਼ਵਾਨ।
ਵੇਖਿਓ ਫਿਰ ਮਿਹਰਾਂ ਆਉਂਦੀਆਂ, ਵੇਖਿਓ ਫਿਰ ਜ਼ਿੰਦਗੀਆਂ ਬਦਲਦੀਆਂ। ਆਖੋ ਵਾਹਿਗੁਰੂ। ਦੋ ਬਚਨ ਪਿਛਲੇ ਦਿਨਾਂ ਵਿੱਚ ਪੜ੍ਹੇ ਸੀ ਕਿਤੇ, ਕਿਸੇ ਵਿਦਵਾਨ ਦੇ ਲਿਖੇ, ਕਹਿੰਦੇ ਇੱਕ ਅਵਸਥਾ ਹੈ ਅਚੇਤ, ਇੱਕ ਅਵਸਥਾ ਹੈ ਅਣਾਪਨ। ਪਤਾ ਲੱਗ ਕੀ ਅਚੇਤ? ਇਹਨਾਂ ਦੋਵਾਂ ਦੇ ਵਿੱਚੋਂ ਜਿਹੜਾ ਅਣਾਪਨ ਆ ਉਹ ਇੰਨਾ ਖਤਰਨਾਕ ਨਹੀਂ। ਪਤਾ ਲੱਗਾ ਜੀ? ਨਹੀਂ ਪੁੱਤ ਪਤਾ ਲੱਗਾ? ਅਣਾਪਨ, ਅਣੇਪਨ ਦੀ ਅਵਸਥਾ ਇੰਨੀ, ਉੱਥੇ ਕੋਈ ਸੰਭਾਵਨਾ ਹੈ ਕੁਛ ਸਿੱਖ ਲੈਣ ਦੀ? ਕਾਹਦੇ 'ਚ? ਜਿੱਥੇ ਅਚੇਤ ਆ ਜੀਵ, ਸੱਚਮੁੱਚ ਗੁਰਦੁਆਰੇ ਬੈਠਾ, ਗੁਰੂ ਕੋਲ ਬੈਠਾ, ਇੰਨਾ ਚੇਤਾ ਨਹੀਂ ਮੈਂ ਗੁਰੂ ਕੋਲ ਬੈਠਾ, ਇੰਨਾ ਤੁਹਾਨੂੰ ਲੋਕਾਂ ਦੀ ਉੰਨੀ ਸ਼ਰਮ ਗੁਰੂ ਦੀ ਨਹੀਂ, ਜਿੰਨਾ ਡਰ ਲੋਕਾਂ ਦਾ ਹੈ। ਆਖੋ ਏ ਗੁਰੂ, ਜਿੰਨਾ ਡਰ। ਮੈਨੂੰ ਭਾਈ ਸਾਹਿਬ ਵੇਖ ਰਿਹਾ, ਮੈਨੂੰ ਪਰਮਜੀਤ ਸਿੰਘ ਵੇਖ ਰਿਹਾ, ਮੈਨੂੰ ਪ੍ਰਧਾਨ ਸਾਹਿਬ ਦੇਖ ਰਿਹਾ। ਸਿੱਖਾ ਬੇੜਾ ਉਸ ਦਿਨ ਪਾਰ ਹੋਣਾ ਜਿਸ ਦਿਨ ਕਹੇਗਾ ਮੈਨੂੰ ਗੁਰੂ ਵੇਖ ਰਿਹਾ। ਅਜੇ ਉਹ ਗੱਲ ਨਹੀਂ ਹੋ ਆਈ। ਨੋ 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 ਨੋ, ਇੱਥੇ ਪੱਗਾਂ ਲੱਥਦੀਆਂ, ਇੱਥੇ ਗਾਲਾਂ ਕੱਢੀਆਂ ਜਾਂਦੀਆਂ। ਜਿਸ ਦਿਨ ਕਿਤੇ ਸੱਚੀ ਮੁੱਚੀ ਵੇਖ ਲਏਗਾ ਮੇਰਾ ਗੁਰੂ ਮੇਰੇ ਸਾਹਮਣੇ ਪ੍ਰਕਾਸ਼ਵਾਨ ਆ, ਗੁਰਦੁਆਰਿਆਂ ਦਾ ਸਭ ਕੁਛ ਬਦਲ ਜਾਊ। ਪੈ ਬਿਨ ਭਗਤ ਨਾ ਹੋਵੇ, ਬੋਲੋ ਜੇ ਡਰ ਨਹੀਂ, ਜੇ ਡਰ ਨਹੀਂ, ਸੁਣ ਰਹੇ ਹੋ? ਜੇ ਡਰ ਨਹੀਂ, ਜਿੰਨੇ ਮਰਜ਼ੀ ਘੰਟੇ ਚੌਂਕੜੇ ਮਾਰ ਲਾ, ਜੇ ਤੈਨੂੰ ਗੁਰੂ ਸਾਹਮਣੇ ਨਹੀਂ ਦਿਸ ਰਿਹਾ ਤਾਂ ਗੁਰੂ ਨੂੰ ਤੂੰ ਨਹੀਂ ਦਿਸ ਰਿਹਾ। ਨੋਟ ਕਰੋ, ਕੋਈ ਗੱਲ ਆਖੋ ਹੈ ਗੁਰੂ ਕੀ ਕਿਹਾ ਪੁੱਤ ਮੈਂ? ਜੇ ਤੈਨੂੰ ਗੁਰੂ ਨਹੀਂ ਦਿਸ ਰਿਹਾ ਤਾਂ ਗੁਰੂ ਨੂੰ ਤੂੰ ਨਹੀਂ ਦਿਸ ਰਿਹਾ, ਇਹ ਗੱਲ ਪੱਕੀ ਕਰ ਲਈ। ਰੰਗ ਨ ਰੰਗੂ, ਇੱਕ ਵਾਰ ਹੱਥ ਜੋੜ ਅਤੇ ਰੀੜ੍ਹ ਦੀ ਹੱਡੀ ਸਿੱਧੀ ਕਰ, ਸੱਚਮੁੱਚੀ ਰੰਗਣ ਵਾਲਾ ਸਾਹਮਣੇ ਬੈਠਾ ਹੈ, ਰੰਗਣ ਵਾਲਾ ਸਾਹਮਣੇ ਪ੍ਰਕਾਸ਼ਮਾਨ ਆ। ਮੰਨਦੇ ਹੋ ਕਿ ਨਹੀਂ 100%? ਫਿਰ ਰੰਗਣ ਸਤਿਗੁਰੂ ਰੰਗਦਾ ਨਾ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ। ਅੱਗੇ ਜਰਾ ਸ਼ਬਦ ਦਿਓ, ਹਾਂ ਸ਼ਬਦ ਪਛਾਣਿਆ ਕਰੋ, ਲੈਨ ਵਿੱਚੋਂ ਸ਼ਬਦ ਨੂੰ ਪਛਾਣਿਆ ਕਰੋ। ਅੱਗੇ ਸ਼ਬਦ ਹੈ ਗੁਰ, ਗੁਰ ਅੱਗੇ ਗੁਰੂ ਦਾ ਨਾਂ ਆਇਆ। ਫਿਰ ਜੇ ਰੰਗਣ ਵਾਲਾ ਹਾਰੀ ਦਾ ਨਾਮ ਰੰਗ ਆ ਅਤੇ ਰੰਗਣ ਵਾਲਾ ਕੌਣ ਆ? ਗੁਰ ਤੁੱਠੇ ਹਰ ਰੰਗ ਚਾੜਿਆ, ਬੋਲੋ ਭਲਾ। ਗੁਰ ਤੁੱਠੇ ਹਰ, ਫਿਰ ਬੋੜ ਨਾ ਹੋਵੀ ਭੰਗ, ਫਿਰ ਆਰੇ ਫਿਰੇ ਸਿਰ ਵਿੱਚ ਤੁੱਠ ਕੇ। ਗੁਰੂ ਤੇਗ ਬਹਾਦਰ ਸਾਹਿਬ ਨੇ ਰੰਗਿਆ ਸੀ ਨਾ, ਰੰਗਣ ਵਾਲਾ ਜੇ ਰੰਗੇ ਸਾਹਿਬ ਤੇ ਸੱਚੀ ਮੁੱਚੀ ਇਸ ਸ੍ਰਿਸ਼ਟੀ 'ਚ ਕਿਸੇ ਨਾ ਵੇਖਿਆ ਕਿਸੇ ਦੇ ਸਿਰ 'ਤੇ ਆਰਾ ਰੱਖਤਾ ਅਤੇ ਰੰਗ ਨਾ ਲੱਥਾ,
ਕਿਸੇ ਨੂੰ ਰੂਹ ਵਿੱਚ ਬੰਨ ਕੇ ਸਾੜ ਦਿੱਤਾ ਅਤੇ ਉਹਦਾ ਬੋਲਿਆ ਕਰੋ ਨਾਲ ਨਾਲ ਅਤੇ ਦਰਸ਼ਨ ਕਰਿਆ ਕਰੋ। ਆਖੋ ਵਾਹਿਗੁਰੂ। ਮੇਰਾ ਗੁਰੂ ਜਦੋਂ ਉੱਠ ਕੇ ਕਿਸੇ ਨੂੰ ਰੰਗਦਾ ਹੈ ਆਰੇ ਫਿਰਦੇ ਰੂਹ ਵਿੱਚ ਬੰਨ ਕੇ ਸਾੜ ਦਿੱਤਾ ਜਾਂਦਾ ਹੈ, ਉਬਲਦੀ ਦੇਗ ਵਿੱਚ ਬਾਲ ਕੇ ਉਬਾਲ ਦਿੱਤਾ ਜਾਂਦਾ ਹੈ, ਮਗਰ ਹਰ ਰੰਗ ਨਾ ਲਹੈ ਸੁਭਾਗਾ, ਹਰ ਰੰਗ ਨਾ ਇਹ ਜਿਹੜਾ ਭਾਗਾਂ ਵਾਲਾ ਰੰਗ ਹੈ ਨਾ ਗੁਰੂ ਚਾੜਦਾ, ਇਹ ਰੰਗ ਫਿਰ ਰਾਮ ਰੰਗ ਕਦੇ ਉੱਤਰ ਨਾ ਜਾਏ। ਬੋਲੋ ਬਲਾ, ਚਲੋ ਇੱਕ ਵਾਰ ਗੋਡਿਆਂ ਤੇ ਹੱਥ ਰੱਖ ਕੇ ਬੇਨਤੀ ਕਰੋ। ਹਰ ਹਰ ਨਾਮ ਚੜਾਵੋ ਰੰਗਣ, ਹਰ ਹਰ ਨਾਮ ਚੜਾਵੋ ਰੰਗਣ, ਹਰ 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 ਨਾਮ ਚੜਾਵੋ ਰੰਗਣ, ਹਰ ਹਰ ਨਾਮ ਚੜਾਵੋ ਰੰਗਣ, ਹਰ ਨਾਮ ਚੜਾਵੋ ਰੰਗਣ, ਆਪੇ ਹੀ ਪ੍ਰਭ ਰੰਗ, ਆਪੇ ਹੀ ਪ੍ਰਭ ਰੰਗ, ਬੇਨਤੀ ਸੁਣਿਓ ਭਾਗਾਂ ਵਾਲੇ ਜੋ ਇਸ ਵੇਲੇ ਆਪਣਾ ਟਾਈਮ ਕੱਢ ਕੇ ਗੁਰੂ ਦੀ ਗੋਦ ਵਿੱਚ ਆਣ ਕੇ ਬਹਿਣਾ, ਇਹ ਦਰਸਾਉਂਦਾ ਏ ਵੀ ਤੁਹਾਨੂੰ ਸਾਹਿਬ ਨਾਲ ਪਿਆਰ ਆ, ਨਹੀਂ ਤੇ ਠੰਡੀ ਵਾਹ ਵਗਦੀ 'ਚ ਲੱਤਾਂ 'ਤੇ ਰਜਾਈ ਲੈ ਕੇ ਟੀ ਵੀ ਅੱਗੇ ਬੈਠਾ, ਹੁਣ ਤਾਂ ਟੀ ਵੀ ਨੂੰ ਵੀ ਛੱਡੋ, ਪਤਾ ਲੱਗ ਗਿਆ 24 ਘੰਟੇ ਲੱਗੀ ਦੁਨੀਆ। ਜੇ ਤੁਹਾਨੂੰ ਬਾਂਹ ਫੜ ਕੇ ਲੈ ਆਇਆ ਨਾ, ਤੁਹਾਨੂੰ ਉਹਦੇ ਨਾਲ ਪਿਆਰ ਆ ਅਤੇ ਉਹਨੂੰ ਤੁਹਾਡੇ ਨਾਲ ਪਿਆਰ ਆ, ਦੋਵੇਂ ਪਾਸੇ ਹੁੰਦਾ। ਜੇ ਤੁਸੀਂ ਵੇਖਿਆ ਕਦੀ ਤੁਸੀਂ ਯਾਦ ਕਰਦੇ ਹੋ ਕਿਸੇ ਨੂੰ ਅਤੇ ਉਸ ਘੜੀ ਉਹਦਾ ਫੋਨ ਆ ਜਾਂਦਾ ਹੈ, ਵੇਖਦੇ ਹੋ ਕਿ ਨਹੀਂ? ਬੋਲੋ ਨਾ, ਦੱਸੋ, ਆਖੋ ਵਾਹਿਗੁਰੂ। ਤੁਸੀਂ ਕਿਸੇ ਨੂੰ ਆਉਂਦੇ ਹੋ ਭਾਅ ਜੀ ਨੂੰ ਯਾ ਫੋਨ ਕਰੀਏ ਅਤੇ ਉਸ ਘੜੀ ਉਹਦਾ ਮਤਲਬ ਕੀ ਹੁੰਦਾ ਹੈ? ਸੁਰਤ ਨੂੰ ਸੁਰਤ ਖਿੱਚ ਰਹੀ। ਜੇ ਤੁਹਾਡੀ ਨੇ ਸੁਰਤ ਨੇ ਖਿੱਚਿਆ ਹੈ ਨਾ ਇਹਨੂੰ, ਯਾਦ ਕੀਤਾ ਹੈ, ਅਤੇ ਇੱਧਰੋਂ ਵੀ ਕਿਤੇ ਸਿਗਨਲ ਗਏ ਨੇ, ਐਵੇਂ ਨਹੀਂ ਆਏ ਤੁਸੀਂ, ਇੱਧਰੋਂ ਵੀ ਸਿਗਨਲ ਗਏ ਤਾਂ ਆਏ ਹੋ। ਸਮਝਣ ਦੀ ਕੋਸ਼ਿਸ਼ ਕਰੋ, ਮਨੁੱਖਾ ਦੇ ਬੜੀ ਸਪੀਡ ਨਾਲ ਜੋ ਦਿਨ ਆਵੇ ਸੋ ਦਿਨ ਜਾਈ, ਗੱਲ ਸਮਝਣ ਤੋਂ ਬਿਨਾਂ ਮੁੜ ਜਾਓਗੇ। ਵੈਸੇ ਹੀ ਕੀ ਕਿਹਾ ਦਾਸ ਨੇ, ਵੈਸੇ ਹੀ ਮੁੜ ਜਾਓਗੇ, ਜਿਸ ਤਰ੍ਹਾਂ ਦੇ ਆਏ ਉਸ ਤਰ੍ਹਾਂ ਦੇ ਪਸ਼ੂਆਂ ਵਾਂਗੂ ਜੰਮੇ, ਪਸ਼ੂਆਂ ਵਾਂਗੂ ਮਰ ਗਏ। ਗੱਲ ਸਮਝਣ ਅਤੇ ਸੇ ਬਜਾਏ ਨਾਨਕਾ ਜਿਸ ਹੋਵੇ ਗੁਰਾ ਇੱਕ। ਉਹ ਜਿਹੜੀ ਗੁਰੂ ਨੂੰ ਅਰਦਾਸ ਸੀ ਨਾ ਵੀ ਇੱਕ ਗੱਲ ਬਜਾ ਦੇ, ਉਹ ਗੱਲ ਬੁੱਝਣ ਤੋਂ ਬਿਨਾਂ ਉਸ ਤਰ੍ਹਾਂ ਹੀ ਮੁੜ ਜਾਓਗੇ। ਬੁੱਝੋ ਅੱਜ ਰੰਗ ਲਈ ਕੀ ਕਹਿੰਦਾ ਨਾਮ ਦਿਓ, ਰੰਗ ਨ ਰੰਗੂ ਸੀਵਨ ਸੀਵੂ, ਕਿੰਨਾ ਕੁ ਰੰਗ ਚੜ੍ਹ ਜੇ ਰਾਮ ਨਾਮ ਬਿਨ, ਇੱਕ ਘੜੀ ਵੀ ਨਾ ਜੀਵਾਂ ਆਖਾਂ ਜੀਵਾਂ ਵਿਸਰੈ। ਤਿੰਨ ਭਗਤਾਂ ਦੀ ਗੱਲ ਕੀਤੀ, ਇੱਕ ਕਬੀਰ ਦੀ ਕੱਪੜੇ ਬੁਣਨ ਦੀ, ਇੱਕ ਰਵਿਦਾਸ ਜੀ ਦੀ ਜੁੱਤੀਆਂ, ਉਹ ਕੱਪੜੇ ਬੁਣਦਾ ਬੁਣਦਾ ਪਾਸ ਹੋ ਗਿਆ ਕਿਉਂਕਿ ਉਹਦੇ ਵਿੱਚ ਡੁੱਬਾ ਸੀ, ਸੁਰਤ ਜੁੜੀ ਸੀ ਉਹਦੀ, ਜੁੱਤੀਆਂ ਕੱਢਦਿਆਂ ਕੱਢਦਿਆਂ ਸੁਰਤ
ਜੁੜੀ ਸੀ ਅਤੇ ਉਹਦੀ ਕੱਪੜੇ ਰੰਗਦਿਆਂ ਰੰਗਦਿਆਂ ਸੁਰਤ ਕਿਤੇ ਸੂਈ ਨੂੰ ਕਹਿੰਦਾ ਸੋਨੇ ਕੀ ਸੂਈ ਨਾਮੇ ਕਾ ਚਿੱਤ ਕਿਸੇ ਨੇ ਆਣ ਕੇ ਆਖਿਆ ਤੇਰੀ ਜਾਤ ਕੀ ਆ ਸੁਣ ਰਹੇ ਹੋ ਜੀ ਪੁੱਤ ਜੁੜੇ ਹੋ ਨਾ ਬੀਬਾ ਕਿੱਧਰ ਦੇਖਦੀ ਪੁੱਤ ਕਿਸੇ ਨੇ ਕਿਹਾ ਤੇਰੀ ਜਾਤ ਕੀ ਆ ਅਤੇ ਉਹਨੇ ਕਹਿ ਕਰੂੰ ਜਾਤੀ ਕੀ ਕਰਨੀਆਂ ਗੱਲਾਂ ਇਹ ਗੱਲਾਂ ਹੀ ਕਿਉਂ ਕਰਦੇ ਹੋ ਭਾਅ ਜੀ ਤੁਸੀਂ ਕਿਹੜੀ ਜਾਤ ਦੇ ਹੁੰਦੇ ਹੋ ਆਖੋ ਵਾਹਿਗੁਰੂ ਕਹਿ ਕਰੂੰ ਉਹਨੇ ਕਿਹਾ ਚੱਲ ਜਾਤ ਨਹੀਂ ਤੇ ਕੋਲ ਹੀ ਦੱਸ ਦੇ ਕਹਿੰਦਾ ਕਹਿ ਕਰੂੰ ਪਾਤੀ ਫਿਰ ਤੂੰ ਲੱਗਾ ਕਿਹੜੇ ਕੰਮ ਆ ਜੇ ਤੂੰ ਇੰਨਾ ਟਾਈਮ ਵੀ ਨਹੀਂ ਕੱਢਦਾ ਵੀ ਤੇਰੀ ਜਾਤ ਕੀ ਆ ਤੇਰੀ ਪਾਤ ਕੀ ਆ ਤੂੰ ਇੰਨਾ ਟਾਈਮ ਨਹੀਂ ਤੇਰੇ ਕੋਲ ਹੈਗਾ ਵੀ ਮੈਨੂੰ ਦੱਸਦਾ ਵੀ ਤੇਰੀ ਜਾਤ ਕੀ ਆ ਤੇਰੀ ਪਾਤ ਕੀ ਆ ਅਤੇ ਕਹਿੰਦਾ ਮੈਂ ਇਸ ਕੰਮ ਲੱਗਾ ਰਾਮ ਕੋ ਨਾਮ ਜਪੂੰ ਦੇ ਨਾਲ ਮੇਰੇ ਕੋਲ ਦੂਸਰੀਆਂ ਗੱਲਾਂ ਲਈ ਟਾਈਮ ਨਹੀਂ ਹੈਗਾ ਫਾਲਤੂ ਗੱਲਾਂ ਲਈ ਟਾਈਮ ਨਹੀਂ ਮੈਂ ਤਾਂ ਇੱਕੋ ਹੀ ਗੱਲ 'ਤੇ ਲੈ ਕੇ ਬੈਠਾ ਵਾਹਿਗੁਰੂ ਵਾਹਿਗੁਰੂ ਬਣਾ ਲਓ ਆਪਣਾ ਜੀਵਨ ਸੁਣਿਆ ਬਹੁਤ ਆ ਸੱਚਮੁੱਚੀ ਮੇਰੀ ਉਮਰ ਦੇ ਜਿੰਨੇ ਆ ਇਹਨਾਂ ਦੀ ਕਾਫੀ ਲੰਘ ਗਈ 50-50 60-60 40-40 ਸਾਲ ਲੰਘ ਗਈ ਅਤੇ ਅੱਜ ਕੱਲ੍ਹ ਮੌਤ ਬੜੀ ਲਾਗੇ ਖਲੋਤੀ ਬੰਦਿਆਂ ਦੇ ਆਖੋ ਵਾਹਿਗੁਰੂ ਇੱਥੇ ਆਉਂਦਿਆਂ ਆਉਂਦਿਆਂ ਤੱਕ ਇੱਕ ਅੱਜ ਭੈਣ ਅੱਜ ਤੁਰ ਗਈ ਸੈਕਟਰੀ ਸਾਹਿਬ ਦੇ ਘਰੋਂ ਅਤੇ ਸੱਚੀ ਮੁੱਚੀ ਆਹ ਕਰੋਨਾ ਦੀ ਬਿਮਾਰੀ ਨੇ ਬੜੇ ਲੋਕ ਸੁੱਟੇ ਨੇ ਜਿਸ ਤਰ੍ਹਾਂ ਪਹਾੜ ਡਿੱਗਣ ਨੇ ਨਾ ਗਿਰ ਗਿਰ ਕੇ ਇਸ ਤਰ੍ਹਾਂ ਹੀ ਆਪਣੇ ਆਪ ਨੂੰ ਪਹਾੜ ਸਮਝਣ ਵਾਲੀਆਂ ਜ਼ਿੰਦਗੀਆਂ ਕਰੋਨਾ ਦੇ ਵਿੱਚ ਤੜਾਹ 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 ਡਿੱਗੀਆਂ ਉਹਦੇ ਵਿੱਚ ਨੰਬਰ ਕਿਸੇ ਦਾ ਵੀ ਲੱਗ ਸਕਦਾ ਹੈ ਆਖੋ ਵਾਹਿਗੁਰੂ ਪਰੋਸੀ ਕੇ ਜੋ ਹੁਆ ਜਾਣਦੇ ਹੋ ਨਾ ਬਾਣੀ ਪਰੋਸੀ ਕੇ ਤੂੰ ਆਪਣੇ ਵੀ ਜਾਣ ਜੇ ਅੱਜ ਪਰੋਸੀ ਦੇ ਘਰ ਕੁੰਡਾ ਖੜਕੇ ਆਏ ਨਾ ਡਰਦੇ ਹੋ ਡਰਦੇ ਹੋ ਇੱਕ ਵਾਰ ਬੋਲੋ ਤਾਂ ਸਹੀ ਆਪਣੇ ਆਪ ਨੂੰ ਮਨਜੀਤ ਕੌਰ ਜੇ ਪੜੋਸੀ ਦਾ ਅੱਜ ਕੁੰਡਾ ਖੜਕਿਆ ਕੱਲ੍ਹ ਨੂੰ ਤੇਰਾ ਵੀ ਖੜਕ ਸਕਦਾ ਹੈ ਕੁਛ ਜਾਗੋ ਉੱਠੋ ਰੋਜ਼ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਰੱਬ ਦਾ ਨਾਮ ਜਪੋ ਤਾਂ ਕਿ ਉਹਨੂੰ ਉਜਲਾ ਮੂੰਹ ਦਿਖਾ ਸਕੋ ਆਖ ਵਾਹਿਗੁਰੂ ਜਿੰਨੀ ਨਾਮ ਗਏ ਨਾਨਕ ਤੇ ਮੁੱਖ ਤੇ ਮੁੱਖ ਉਹ ਮੁੱਖ ਉਹਦੇ ਦਰ 'ਤੇ ਕਿਹੜੇ ਜਿੰਨੀ ਕਰੋ ਕੁਛ ਤਿੰਨਾਂ ਦੀ ਗੱਲ ਕੀਤੀ ਸੁਣਿਓ ਬੜੀ ਖੁਸ਼ੀ ਤੁਸੀਂ ਵੀ ਆ ਗਏ ਹੋ ਸੁਣਿਓ ਧਿਆਨ ਇੱਕ ਕੱਪੜੇ ਬੁਣਨ ਵਾਲੇ ਦੀ ਇੱਕ ਕੱਪੜੇ ਰੰਗਣ ਵਾਲੇ ਦੀ ਇੱਕ ਜੁੱਤੀਆਂ ਗੰਢਣ ਵਾਲੇ ਦੀ ਵੇਖੋ ਜ਼ਿੰਦਗੀ ਦੇ ਰਹੱਸ ਕਿੰਨੇ ਜੋੜੇ ਨੇ ਗੁਰਬਾਣੀ 'ਚ ਹੁਣ ਮੈਂ ਬਾਪੂ ਵੱਲ ਆਉਣਾ ਆਖੋ ਵਾਹਿਗੁਰੂ ਬਾਪੂ ਕਹਿੰਦਾ ਕੱਪੜੇ ਬੁਣਨ ਦੀ ਵੀ ਗੱਲ ਹੋ ਗਈ ਜੁੱਤੀਆਂ ਗੰਢਣ ਦੀ ਵੀ ਗੱਲ ਹੋ ਗਈ ਕੱਪੜੇ ਰੰਗਣ ਦੀ ਵੀ ਗੱਲ ਹੋ ਗਈ ਆਹ ਹੁਣ ਖੇਤੀ ਦੀ ਗੱਲ ਕਰ ਲਈ ਹੈ ਕਾਹਦੀ ਇਹ ਜ਼ਿੰਦਗੀ ਦੇ ਕੰਮ ਨੇ ਕੋਈ ਕੱਪੜੇ ਬੁਣਦਾ ਹੈ ਕੋਈ ਕੱਪੜੇ ਰੰਗਦਾ ਹੈ ਕੋਈ ਜੁੱਤੀਆਂ ਮਨ ਹਾਲੀ ਆਹ ਕਿਰਸਾਨੀ ਦੀ ਵੀ ਗੱਲ ਕਰ ਲਈ ਹੈ ਸ਼ਰਮ ਪਾਣੀ ਸ਼ਰਮ ਸ਼ਰਮ ਮੀਨਜ ਮਿਹਨਤ ਇਹ ਸਰੀਰ ਨੂੰ ਖੇਤ ਬਣਾ ਮਨ ਨੂੰ ਹਾਲੀ ਬਣਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਇਸ ਸਰੀਰ ਨੂੰ ਖੇਤ ਬਣਾ ਕੇ ਬੰਦੇ ਆ ਵੇਖ ਤੇਰੀ ਸੁਰਤ 'ਚ ਕੀ ਉੱਗ ਰਿਹਾ ਹੈ ਜਾਂ ਤਾਂ ਕਾਮ ਉੱਗ ਰਿਹਾ ਜਾਂ ਕ੍ਰੋਧ ਉੱਗ ਰਿਹਾ ਜਾਂ ਲੋਭ ਉੱਗ ਰਿਹਾ
ਜਾਂ ਮੋਹ, ਇਹ ਜਿਸ ਤਰ੍ਹਾਂ ਇੱਕ ਪੈਲੀ ਵਿੱਚ ਗੰਦ ਉੱਗਿਆ ਹੁੰਦਾ, ਆਖੋ ਵਾਹਿਗੁਰੂ, ਪਤਾ ਲੱਗਾ ਜੀ ਇੱਕ ਖੇਤ ਵਿੱਚ ਜਿੱਥੇ ਕੋਈ ਵਾਹੁਣ ਵਾਲਾ ਨਾ ਆਵੇ, ਜਿੱਥੇ ਕੋਈ ਮਾਲਕ ਨਾ ਆਵੇ, ਉਸ ਖੇਤ ਵਿੱਚ ਗੰਦ ਉਖਲੋਤਾ ਹੈ, ਮਾਲਕ ਬਣ ਕੇ ਆ ਇਹ ਗੰਦ ਨੂੰ ਬਾਹਰ ਪੁੱਟ, ਆਖੋ ਵਾਹਿਗੁਰੂ, ਗੰਦ ਨੂੰ ਅਤੇ ਇਹਦੇ ਵਿੱਚ ਨਾਮ ਬੀਜ ਬੋਲੋ, ਹਾਂ ਅੱਗੇ ਸੰਤੋਖ ਵੱਲ ਨਾ ਜਾਓ, ਅਜੇ ਕੇਵਲ ਬਾਪੂ ਜਾਚ ਦੱਸਣ ਡਿਆ ਨਾ, ਆਖੋ ਵਾਹਿਗੁਰੂ। ਉਹ ਕਹਿੰਦਾ ਸੀ ਕੱਪੜੇ ਬੁਣਦਿਆਂ ਕਿਸ ਤਰ੍ਹਾਂ ਪਹੁੰਚ ਸਕਦੇ ਹੋ, ਉਹ ਕਹਿੰਦਾ ਸੀ ਕੱਪੜੇ ਰੰਗਦਿਆਂ ਕਿਸ ਤਰ੍ਹਾਂ ਪਹੁੰਚ ਸਕਦੇ ਹੋ, ਉਹ ਕਹਿੰਦਾ ਜੁੱਤੀਆਂ ਗੰਢਦਿਆਂ ਕਿਸ ਤਰ੍ਹਾਂ ਪਹੁੰਚ ਸਕਦੇ ਹੋ, ਅੱਜ ਮੇਰਾ ਬਾਬਾ ਨਾਨਕ ਕਹਿੰਦਾ ਖੇਤੀ ਕਰਦਿਆਂ ਕਿਸ ਤਰ੍ਹਾਂ ਪਹੁੰਚ ਸਕਦੇ ਹੋ, ਉੱਥੇ ਤੱਕ ਕਿਸ ਤਰ੍ਹਾਂ ਜਾ ਸਕਦੇ ਹੋ, ਪਕੜ ਲੱਗ ਰਹੀ ਜੀ। ਨਾਮ ਬੀਜ, ਨਾਮ ਦਾ ਬੀਜ ਇਸ ਖੇਤ ਸਰੀਰ ਰੂਪੀ ਖੇਤ ਵਿੱਚ, ਤਨ ਖੇਤ ਤਨ ਇਸ ਸਰੀਰ ਰੂਪੀ ਖੇਤ ਵਿੱਚ ਵਾਹਿਗੁਰੂ 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 ਬੀਜੋ ਬੀਜੋ ਬੀਜੋ, ਨਾਮ ਖੇਤੀ ਬੀਜੋ ਮੇਰੇ ਭਾਈ, ਵਾਹਿਗੁਰੂ 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 ਗੁਰੂ ਗੁਰੂ ਬੀਜੋ, ਬੜੀ ਸੁਚੇਤਾ ਚਾਹੀਦੀ ਬੀਜਣ ਲਈ। ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ, ਵੇਖੋ ਖੇਤੀ ਦੇ ਕਿੰਨੀ ਸੁੰਦਰ ਭਾਸ਼ਾ ਦੱਸ ਰਹੇ, ਕਹਿੰਦੇ ਨਾਮ ਬੀਜ ਕੇ ਨਾ ਅਤੇ ਸੰਤੋਖ ਦਾ ਸੁਹਾਗਾ ਬੀਜ ਕੇ ਰੱਖ ਮਾਰ ਕੇ, ਅਤੇ ਜੇ ਬਹੁਤ ਸਾਰੇ ਬੋਲ ਵੀ ਲੱਗ ਜਾਣ ਨਾ ਤੇਰੇ ਘਰ 'ਚ ਖੇਤੀ ਦੇ, ਤਾਂ ਵੀ ਰੱਖ, ਕਿਤੇ ਹੰਕਾਰ 'ਚ ਨਾ ਆ ਜਾਈ, ਕਿਤੇ ਇਹ ਨਾ ਕਹਿ ਜੀ ਮੇਰਾ ਨਾਮ ਚੱਲ ਪਿਆ ਹੈ। ਇਹ ਰਸਤਾ ਬੜਾ ਬਰੀਕ ਜੇ, ਮੈਂ ਤੁਹਾਨੂੰ ਡਰਾਉਂਦਾ ਨਹੀਂ, ਅਜੇ ਤੁਸੀਂ ਤੁਰੋ, ਅੱਗੇ ਅੱਗੇ ਜਿਉਂ ਜਿਉਂ ਤੁਰੇ ਜਾਓਗੇ ਤਿਉਂ ਤਿਉਂ ਰਸਤਾ ਬਰੀਕ ਹੁੰਦਾ ਜਾਓ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਲੱਭ ਲੋਭ ਅਹੰਕਾਰ ਤਾਜ ਆ ਸਭ ਕੁਛ ਛੱਡਣਾ ਹੈ, ਪਤਾ ਲੱਗ ਰਿਹਾ ਜੀ ਇਸ ਰਾਹ 'ਤੇ ਆ ਸਭ ਕੁਛ ਛੱਡਣਾ ਪੈਂਦਾ। ਜੇ ਐਵੇਂ ਕਿਤੇ ਸੋਚਿਓ ਨਾ ਤੁਹਾਨੂੰ ਕੋਈ ਬਾਂਹ ਫੜ ਕੇ ਆਖੇ ਚੱਲ ਮੈਂ ਤੈਨੂੰ ਨੰਘਾਉਣਾ, ਆਖੋ ਵਾਹਿਗੁਰੂ। ਇਸ ਰਾਹ 'ਤੇ ਤੁਰਨ ਵਾਲੇ ਨੂੰ ਲੱਭ ਛੱਡਣਾ ਪੈਂਦਾ ਹੈ। ਲੱਭ ਮੈਨੇ ਕੀ ਹੁੰਦਾ ਧੀਓ ਪਤਾ? ਹਾਂ ਚਸਕਾ, ਕੌਣ ਬੋਲਿਆ? ਚਸਕਾ, ਅਤੇ ਚਸਕੇ ਸਾਨੂੰ ਕਿੰਨੇ ਨੇ ਪਤਾ ਜੀ? ਨਾ ਗੱਲਾਂ ਕਰੋ ਗੁੜੀਆ, ਨਾ ਨਾ, ਸੜਕ ਦੇ ਉੱਤੇ ਖਲੋਤਾ ਕੋਈ ਬਿਹਾਰੀ ਗੋਲਗੱਪੇ ਵੇਚਦਾ, ਮੈਨੂੰ ਨਹੀਂ ਪਤਾ ਉਹਦੇ ਹੱਥ 'ਚ ਅਤੇ ਮੂੰਹ 'ਚ ਤੰਬਾਕੂ ਹੋਵੇ, ਮਿਰਗ ਮੇਰਾ ਚਸਕਾ ਹੈ, ਮੈਂ ਇਹਦੇ ਕੋਲ ਗੋਲਗੱਪੇ ਖਾਵਾਂ, ਪਤਾ ਲੱਗ ਗਿਆ। ਜਿੱਥੇ ਚੀਜ਼ ਨਹੀਂ ਵਰਤਣ ਵਾਲੀ ਉੱਥੇ ਵੀ ਜੀਭ ਦਾ ਚਸਕਾ ਕਹਿੰਦਾ ਖਾ ਲਈਏ। ਇਹ ਚਸਕੇ ਛੱਡਣੇ ਪੈਣੇ ਆ ਜੇ ਰੱਬ ਦੇ ਘਰ ਤੱਕ ਜਾਣਾ, ਆਖੋ ਵਾਹਿਗੁਰੂ। ਗੱਜ ਕੇ ਬੋਲਣਾ, ਕਿਉਂ ਨੀ ਕਿਹਾ ਸੀ ਰੁੱਖੀ ਸੁੱਖੀ ਖਾਏ ਕੇ, ਕਿਉਂ ਕਿਹਾ ਸੀ? ਇਹ ਭਗਤੀ ਦੇ ਪੜਾਅ ਦੇ
ਇਹ ਬਹੁਤ ਵੱਡੀਆਂ ਢੇਮਾਂ ਨੇ ਜਿਹੜੀਆਂ ਫੇਣੀਆਂ, ਢੇਮਾਂ ਤਾਂ ਨਹੀਂ ਸਮਝਦੇ ਹੋਣੇ, ਖੇਤ ਜਦੋਂ ਖੇਤੀ ਕਰੀਏ ਨਾ, ਖੇਤ ਵਾਹੀਏ ਅਤੇ ਪਹਿਲੀ ਪਹਿਲੀ ਵਾਰ ਇਹ ਜਿਹੜੇ ਟੋਟੇ 'ਚ ਖੜ੍ਹੇ ਹੋ ਜਾਂਦੇ, ਉਹਨੂੰ ਫਿਰ ਆਸਤੇ ਆਸਤੇ ਟੁੱਟਦੇ ਜਾਂਦੇ, ਇਹ ਸਭ ਤੋਂ ਪਹਿਲਾਂ ਹੈ ਜਿਹਨੂੰ ਤੋੜਨਾ ਹੈ, ਕਿਹਨੂੰ ਨਾ, ਚਸਕੇ ਨੂੰ, ਚਸਕੇ ਨੂੰ, ਫਿਰ ਲੋਭ ਛੱਡ ਦਾਂਗੇ। ਲੋਭ ਕਹਿੰਦਾ ਇੱਕ ਦੁਕਾਨ ਤੋਂ ਦੋ ਦੁਕਾਨਾਂ ਹੋ ਜਾਣਾ, ਕਹਿੰਦਾ ਛੱਡਾਂਗੇ ਕਦੀ, ਵੀ ਨਹੀਂ ਬਹੁਤ ਹੈ ਰੋਟੀ ਖਾਣੀ, ਚਲੇ ਜਾਣਾ ਇੱਥੋਂ, ਆਖੋ ਏ ਗੁਰੂ, ਜਿੰਨੀ ਚੱਲਣ ਜਾਣਿਆ ਖੁੱਲ੍ਹ ਕੇ ਬੋਲੋ, ਜਿੰਨੀ ਇਹਦਾ ਮਤਲਬ ਕੀ, ਜਿਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੋਂ, ਸੇ ਕਿਉਂ ਕਰੇ ਵਥਾਰ, ਸੇ ਕਿਉਂ ਕਰੇ ਵਥਾਰ, ਬਣੇ ਵਿਸਥਾਰ ਇੱਕ ਪ੍ਰੋਪਰਟੀ ਤੋਂ ਦੂਸਰੀ, ਦੂਸਰੀ ਤੋਂ ਤੀਸਰੀ, ਵੇਖੋ ਕਿੱਡਾ ਭੁੱਲਿਆ ਇਹ ਬੰਦਾ। ਮੇਰਾ ਸਾਹਿਬ ਕਹਿੰਦਾ ਜੈਸੇ ਜਲ ਤੇ ਬੁੱਧ ਵਧਾ, ਸਾਹਿਬ ਮੇਰੀ ਕਰਤੂਤ ਇਹ ਦੱਸ ਰਿਹਾ ਵੀ ਜਿਸ ਤਰ੍ਹਾਂ ਪਾਣੀ ਦੇ ਉੱਤੇ ਇੱਕ ਛਿਣ ਪਾਤਰ ਲਈ ਬੁਲਬੁਲਾ ਬਣਿਆ ਹੈ ਅਤੇ ਬੁਲਬਲੇ ਦੀ ਗਰੰਟੀ ਕੋਈ ਨਹੀਂ, ਇੱਧਰੋਂ ਬਣਿਆ ਅਤੇ ਇੱਧਰੋਂ ਮਿਟਿਆ, ਇਹੀ ਕਹਾਣੀ ਸਾਡੀ। ਜੈਸੇ ਜਲ ਤੇ ਬੁੱਧ ਵਧਾ ਉਪਜੈ ਬਿਨ ਸੇ ਨੀਤ, ਜਗ ਰਚਨਾ ਤੈ ਸੇ ਰਚੀ ਕਉ ਨਾਨਕ ਸੁਣ। ਮੇਰੇ ਮਿੱਤਰਾ ਸੋਹਣਾ, ਇੱਕ ਬੁਲਬੁਲੇ ਤੋਂ ਵੱਧ ਕੁਛ ਨਹੀਂ ਤੂੰ, ਇਹ ਵੱਖਰੀ ਕਹਾਣੀ। ਜਦੋਂ ਪਾਣੀ ਦਾ ਬੁਲਬੁਲਾ ਬਣਦਾ ਹੈ, ਆਖ ਵਾਹਿਗੁਰੂ, ਜਦੋਂ ਪਾਣੀ ਦਾ ਅਤੇ ਉਹਦੇ ਉੱਤੇ ਸੂਰਜ ਦੀ ਲਿਸ਼ਕ ਪੈਂਦੀ, ਲਾਗੇ ਹੋ ਕੇ ਨਹੀਂ ਕਦੇ ਵੇਖਿਆ, ਸਾਨੂੰ ਤਾਂ ਟੈਲੀਫੋਨਾਂ ਨੇ ਖਾ ਲਿਆ। ਕਦੀ ਕੁਦਰਤ ਨੂੰ ਵੇਖੋ, ਪਾਣੀ ਦਾ ਬੁਲਬੁਲਾ ਜਦੋਂ ਬਣਦਾ ਉੱਤੇ ਸੂਰਜ ਦੀ ਲਿਸ਼ਕ ਪੈਂਦੀ, ਉਹਦੇ ਵਿੱਚ ਕਈ ਰੰਗ ਦਿਸਦੇ, ਵੇਖੇ ਕਦੀ? ਇਹ ਪਾਣੀ ਦਾ ਬੁਲਬੁਲਾ ਵੀ ਆਪਣੀ ਜ਼ਿੰਦਗੀ 'ਚ ਕਈ ਰੰਗ ਵਿਖਾਉਂਦਾ ਹੈ, ਕਦੀ ਰੋਂਦਾ ਹੈ, ਕਦੀ ਹੱਸਦਾ ਹੈ, ਪਤਾ ਲੱਗ ਗਿਆ ਜੀ, ਕਦੀ ਅਤੇ ਕਦੀ। ਜਬ ਕਿਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਇਹੋ ਹੀ ਮੂੰਹ, ਇਹੋ ਹੀ ਮੂੰਹ ਹੱਸਦਾ ਫਿਰਦਾ ਹੈ, ਜਿਦਨ ਚਾਰ ਪੈਸੇ ਬਣ ਗਏ ਨੇ, ਜਿਦਨ ਚਾਰ ਪੈਸੇ ਚਲੇ ਗਏ ਨੇ, ਉਦਨ ਰੋਂਦਾ ਫਿਰਦਾ। ਆਖੋ ਵਾਹਿਗੁਰੂ, ਤੂੰ ਇਸ ਤਰ੍ਹਾਂ ਕਰ, ਚੰਗੀ ਤਰ੍ਹਾਂ ਸਰਮ, ਸਰਮਣੇ ਮਿਹਨਤ, ਮਿਹਨਤ ਕਰ ਅਤੇ ਸੁਹਾਗਾ ਲੱਭ ਲੋਭ ਅਹੰਕਾਰ। ਇਸ ਰਾਹ 'ਤੇ ਤੈਨੂੰ ਕੀ ਪਹਿਲਾਂ ਲੱਭ ਛੱਡਣਾ ਪੈਣਾ ਹੈ, ਲੱਭ ਕੀ ਦੱਸਿਆ ਤੀ ਉਹ ਚਸਕਾ, ਦੂਸਰਾ ਲੋਭ, ਤੀਸਰਾ ਅਹੰਕਾਰ। ਕਿਤੇ ਹੰਕਾਰੀ ਬਣ ਕੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਰੱਬ ਦੇ ਘਰ ਤੱਕ ਵੀ ਚੱਲ ਜਾਈਏ ਨਾ, ਹੰਕਾਰੀ ਬੰਦਾ ਚੱਲ ਜਾਏ, ਹੰਕਾਰੀ ਭਾਵੇਂ ਉਹ ਹੰਕਾਰ ਪੈਸੇ ਦਾ ਹੈ ਅਤੇ ਭਾਵੇਂ ਬੰਦਗੀ ਦਾ ਹੈ, ਇਹ ਵੀ ਨੋਟ ਕਰਿਓ। ਆਖੋ ਵਾਹਿਗੁਰੂ, ਬਹੁਤ ਸਾਰੇ ਲੋਕ ਸੋਚਦੇ ਵੀ ਬੰਦਗੀ ਦਾ ਹੰਕਾਰ ਹੰਕਾਰ ਨਹੀਂ, ਬੰਦਗੀ ਦਾ ਹੰਕਾਰ ਨਾ 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 ਨਾ, ਹੰਕਾਰ ਤਾਂ ਹੰਕਾਰ ਹੀ ਆ। ਅਤੇ ਸੱਚੀ ਮੁੱਚੀ ਜਿੱਦਣ ਹੰਕਾਰੀ ਬੰਦਾ ਰੱਬ ਦੇ ਸਾਹਮਣੇ ਵੀ ਜਾਂਦਾ ਹੈ ਅਤੇ ਮੇਰੀ ਸਰਕਾਰ ਨੇ ਲਿਖਿਆ ਵਾ ਰੱਬ ਉਹਦੇ ਵੱਲ ਪਿੱਠ ਕਰ ਲੈਂਦਾ, ਇਹਦਾ ਮਤਲਬ ਇਹ ਹੈ ਹੰਕਾਰੀਆਂ ਨਿੰਦਕਾਂ। ਅਤੇ ਫਿਰ ਤੁਸੀਂ ਸਵਾਲ ਕਰੋ ਇਹ ਹੰਕਾਰ ਕਿਤਨਾ ਖਤਮ ਹੋਵੇ, ਵਾਹਿਗੁਰੂ ਗੁਰਮੰਤਰ ਹੈ ਜਪ, ਹਮੇ ਦੀਰਘ ਰੋਗ ਹੈ ਦਾਰੂ ਵੀ ਇੱਥੇ ਹੀ ਜੇ ਹਿਰਦੇ ਦੇ ਵਿੱਚ ਹੀ ਜੇ, ਇਹਦਾ ਦਾਰੂ
ਜੇ ਕਮਾਈ ਕਰਨੀ ਚਾਹੁੰਦੇ ਹੋ, ਜੇ ਸੱਚਮੁੱਚ ਗੁਰਦੁਆਰੇ ਆਉਣ ਦਾ ਇਹ ਸ਼ੌਂਕ ਹੈ ਵੀ ਗੁਰਦੁਆਰੇ ਚੱਲੀਏ, ਬਾਣੀ ਸੁਣੀਏ, ਅਤੇ ਮਕਸਦ ਤਾਂ ਇਹੀ ਆ ਨਾ ਗੋਬਿੰਦ ਮਿਲਣ ਕੀ, ਅਤੇ ਗੋਬਿੰਦ ਮਿਲਣ ਨੂੰ ਹੰਕਾਰੀ ਨੂੰ ਤਾਂ ਉਹਨੇ ਪਿੱਠ ਕਰ ਲੈਣੀ, ਫਿਰ ਕੀ ਕਰੋਗੇ? ਪਤਾ ਲੱਗ ਰਿਹਾ ਜੀ, ਤੁਸੀਂ ਹੰਕਾਰੀ ਬੰਦਾ ਰੱਬ ਦੇ ਸਾਹਮਣੇ ਚਲੇ ਵੀ ਜਾਵੇ, ਪੌੜੀਆਂ ਚੜ੍ਹ ਵੀ ਜਾਵੇ, ਅਤੇ ਕੀ ਲਿਖਿਆ, ਰੱਬ ਵੇਖ ਕੇ ਕੀ ਕਰ ਲੈਂਦਾ, ਪਿੱਠ ਕਰ ਲੈਂਦਾ, ਪਿੱਛਾ ਕਰ ਲੈਂਦਾ, ਕਿਤਨਾ ਜਾਓਗੇ? ਇਹ ਤਿੰਨ ਛੱਡਣੀਆਂ, ਲੱਭ, ਲੋਭ, ਅਹੰਕਾਰ, ਤ੍ਰਿਸ਼ਨਾ ਵੀ ਛੱਡਣੀ, ਜਿਹੜੀ ਤ੍ਰਿਸ਼ਨਾ ਇਹ ਵੀ ਛੱਡਣੀ, ਅਤੇ ਫਿਰ ਸਭ ਤੋਂ ਵੱਡਾ ਪੇਪਰ ਹੋ ਰਿਹਾ ਅਕੋ ਵਾਹਿਗੁਰੂ। ਇਹ ਸਭ ਕੁਝ ਛੱਡਣ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਪੇਪਰ ਆ, ਹਾਂ ਭਾਈ ਸਾਹਿਬ ਜੀ ਲੱਕੜ ਮੰਡੀ ਵਾਲੇ, ਸਭ ਤੋਂ ਵੱਡਾ ਪੇਪਰ ਕੀ? ਬਹੁਤ ਨਹੀਂ, ਲੋਕ ਗੱਲਾਂ ਬੜੀਆਂ ਸੁਣਾਉਂਦੇ ਨੇ, ਫਿਰ ਭਾਅ ਜੀ ਫਿਰ ਮੈਨੂੰ ਨਾ ਝਟਕੇ ਵੱਜਣ ਲੱਗ ਪਏ, ਭਾਅ ਜੀ ਮੈਨੂੰ ਆਹ ਹੋ ਗਿਆ, ਭਾਅ ਜੀ ਮੈਨੂੰ ਇਤਰਾਂ ਹੋਣ ਲੱਗ ਪਿਆ, ਭਾਅ ਜੀ ਜਦੋਂ ਮੈਂ ਅੱਖਾਂ ਮੀਟੀਆਂ ਤਾਂ ਮੈਨੂੰ ਆਹ ਦਿਸਣ ਲੱਗ ਪਿਆ। ਅੱਖ ਵਾਹਿਗੁਰੂ। ਮੈਂ ਆਪ ਜੀ ਨੂੰ ਬੇਨਤੀ ਕਰ ਦੇਵਾਂ, ਪਹਿਲਾ ਦੀਵਾਨ ਆ, 2 ਤਰੀਕ ਸਵੇਰ ਤੱਕ ਮੈਂ ਜੋੜੇ ਝਾੜਨੇ ਤੁਹਾਡੇ, ਜਿੱਥੇ ਕੁਛ ਦਿਸਦਾ ਹੈ ਉੱਥੇ ਰੱਬ ਨਹੀਂ, ਰੱਬ ਅਦਿਸ਼ਟ ਹੈ। ਬੋਲੋ ਕੀ? ਰੂਪ ਨਾ ਰੰਗ ਕਿਸ਼, ਤ੍ਰੈ ਗੁਣ ਤੇ ਪ੍ਰਭ, ਜਿਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਪੇਖ ਨਹੀਂ, ਉਹ ਦਿਸਦਾ ਕਿਤਰਾ? ਅੱਖ ਵਾਹਿਗੁਰੂ। ਪਕੜ ਰਹੇ ਹੋ ਪੁੱਤ? ਕੋਈ ਤੁਹਾਨੂੰ ਆਣ ਕੇ ਆਖੇ ਵੀ ਆਓ ਮੈਂ ਤੁਹਾਨੂੰ ਨਹੀਂ ਦਿਖਾਵਾਂ, ਅਤੇ ਤੁਸੀਂ ਇਸ ਚੱਕਰ 'ਚ ਨਾ ਪੈਣਾ, ਜਿੱਥੇ ਦਿਸਣ ਦੀ ਕਹਾਣੀ ਅਦਿਰਸੇ ਹੈ, ਅਦਿਰਸੇ, ਤੇਰਾ ਕੋਈ ਦ੍ਰਿਸ਼ ਨਹੀਂ, ਤੂੰ ਕੁਝ ਦਿਸਦਾ ਨਹੀਂ। ਜਾਗ, ਉੱਠੋ, ਉੱਠੋ ਮੇਰੀਆਂ ਭੈਣਾਂ, ਮੇਰੇ ਵੀਰ ਗੁਰਸਿੱਖ, ਗੁਰੂ ਨੂੰ ਪੁੱਛ ਕੇ ਰਾਹ 'ਤੇ ਚੱਲੋ। ਕੀ ਆਖਿਆ? ਅਗਵਾਈ ਗੁਰੂ ਦੀ ਲਿਖ ਕੇ ਜੀਓ, ਬੰਦਿਆਂ ਦੀ ਲੈ ਕੇ ਨਾ ਜੀਓ। ਅੱਖੋ ਵਾਹਿਗੁਰੂ। ਗੁਰੂ ਕੀ ਕਹਿੰਦਾ ਹੈ? ਚੱਕਰ ਚੇਨ ਪਾਤ ਨਹੀਂ ਜੇ ਰੂਪ ਰੰਗ ਅਰ ਰੇਖ, ਜਿਹੜਾ ਦਿਸਦਾ ਹੈ ਉਹਦੀ ਕੋਈ ਜਾਤ ਵੀ ਹੋ, ਜਿਹਦਾ ਦਿਸਦਾ ਹੈ ਉਹਦੀ ਜਾਤ ਵੀ ਹੋਊ, ਉਹਦੀ ਪਾਤ ਵੀ ਹੋਊ, ਜਿਹੜਾ ਦਿਸਦਾ ਹੈ ਕਿਸੇ ਦਾ ਪੁੱਤ ਹੋਊ, ਜਿਹੜਾ ਦਿਸਦਾ ਕਿਸੇ ਦੀ ਮਾਂ, ਉਹਦੀ ਕੋਈ ਮਾਂ ਹੋਊਗੀ, ਜਿਹੜਾ ਦਿਸਦਾ ਉਹਦਾ ਕੋਈ ਪੁੱਤ ਹੋਊਗਾ, ਜਿਹੜਾ ਦਿਸਦਾ ਉਹਦਾ ਕੋਈ ਪੋਤਰਾ ਹੋਊਗਾ। ਪੜ੍ਹੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ, ਨਾ ਪੋਤਰੇ, ਨਾ ਪੁੱਤਰੇ, ਨਾ ਛੱਤਰੇ। ਰੱਬ ਤਾਂ ਕੁਛ ਹੋਰ ਹੀ ਅਗਵਾਈ ਦਿੰਦਾ ਹੈ, ਰੱਬ ਤਾਂ ਸੈਨ ਕੋਈ ਹੋਰ ਹੀ ਦੇ ਰਿਹਾ। ਮੈਂ ਵੇਖਣ ਵਾਲੇ ਨੂੰ ਫੜ ਲਿਆ, ਅੱਖ ਵਾਹਿਗੁਰੂ, ਮੈਂ ਵੇਖਣ ਵਾਲੇ ਨੂੰ ਫੜ ਲਿਆ। ਗੱਲ ਸਮਝ ਪੈ ਗਈ? ਜਿਹੜਾ ਦਿਸਦਾ ਹੈ ਉਹਦਾ ਪੁੱਤ ਵੀ ਹੋਊ, ਉਹਦਾ ਪੋਤਰਾ ਵੀ ਹੋਊ, ਉਹਦਾ ਕੋਈ ਸਰੀਕਾ ਵੀ ਹੋਊ। ਅੱਖ ਵਾਹਿਗੁਰੂ। ਉਹਦਾ ਕੋਈ ਸਰੀਕਾ ਵੀ ਹੋਊ, ਜਾਤ ਵੀ ਹੋਊ, ਪਾਤ ਵੀ ਹੋਊਗੀ, ਮਗਰ ਮੈਨੂੰ ਤਾਂ ਉਹਦੇ ਨਾਲ ਜੋੜ ਕੇ ਗਿਆ ਹੈ। ਨਾ ਪੋਤਰੇ, ਨਾ ਪੁੱਤਰੇ, ਨਾ ਛੱਤਰੇ, ਨਾ ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ, ਨਿਰਸਾਤਮ ਸ਼ਰੀਕ ਹੈ, ਅਮਿਤੋ ਅਮੀਕ ਹੈ। ਅਤੇ ਜਿਹੜਾ ਦਿਸਦਾ ਉਹ 100 ਸਾਲ ਹੀ ਹੋਊ, ਇੱਧਰ ਹਾਜ਼ਰ ਹੋ, ਜਿਹੜਾ ਦਿਸਦਾ ਉਹ 200 ਸਾਲ ਹੀ ਹੋਊ। ਉੱਥੇ ਲਿਖਿਆ ਸਦੈਵੰ ਪ੍ਰਭਾ ਹੈ, ਸਦੈਵੰ ਦਾ ਮਤਲਬ ਤਾਂ ਕੋਈ ਸਰੀਰ 'ਤੇ ਸਦਾ ਰਹਿ ਹੀ ਨਹੀਂ ਸਕਦਾ, ਇਸ਼ਾਰਾ ਕੋਈ ਹੋਰ ਜੇ, ਇਸ਼ਾਰਾ ਕੋਈ, ਪਤਾ ਲੱਗ ਗਿਆ ਪੁੱਤਰਾ, ਇਸ਼ਾਰਾ ਕੋਈ ਹੋਰ ਜੇ, ਜਿਹੜੀ ਚੀਜ਼ ਨਹੀਂ ਦਿਸਦੀ ਉਹ ਸਦਾ ਰਹਿਣ ਵਾਲੀ, ਉਹ ਕੀ ਹੈ? ਸ਼ਬਦ। ਬੋਲੋ ਕੀ ਆ? ਸ਼ਬਦ ਬਾਰੇ ਲਿਖਿਆ ਜੇ ਆਦਿ ਸੱਚ, ਜੁਗਾਦ ਸੱਚ,
ਹੈ ਵੀ ਸੱਚ ਨਾਨਕ ਸ਼ਬਦ ਗੁਰੂ ਨਾਲ ਜੁੜਨਾ ਹੈ। ਲਾ ਕੇ ਵੀ ਸਾਨੂੰ ਲੜ ਕਿਹਦੇ ਗਿਆ, ਸ਼ਬਦ ਗੁਰੂ ਦੇ, ਬੋਲੋ ਭਲਾ। ਅਤੇ ਸ਼ਬਦ ਗੁਰੂ ਦੀ ਭਾਲ ਵਿੱਚ ਨਿਕਲਦੇ ਹਾਂ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਅਤੇ ਫਿਰ ਬਹੁਤ ਨਾਈ ਖੰਨਿਓ ਤਿੱਖੀ ਏਤ ਮਾਰਗ ਗੁਰਪ੍ਰਸਾਦ ਬੀਜ ਸੰਤੋਖ ਦਾ ਮਤਲਬ ਆ ਸਿਦਕਾਰ ਨਾਮ ਬੀਜ ਕੇ ਅਤੇ ਕਾਲਾ ਨਾ ਪਈ। ਕਈ ਲੋਕ ਕੀ ਕਰਦੇ ਆ ਪਤਾ ਜੀ, ਛੋਟੇ ਛੋਟੇ ਬੱਚੇ ਅੰਬ ਬੀਜਦੇ ਹੁੰਦੇ, ਇੱਥੇ ਤਾਂ ਨਹੀਂ ਹੋਣੀ ਕਹਾਣੀ, ਸਾਨੂੰ ਪਤਾ ਆਪਾਂ ਪਿੰਡਾਂ ਵਾਲਿਆਂ ਨੂੰ ਅੰਬ ਬੀਜਦੇ, ਅੰਬ ਦੀ ਗੁਥਲੀ ਬੀਜ ਦਿੰਦੇ ਅਤੇ ਵਿਚਾਰਿਆਂ ਨੂੰ ਕਾਹਲ ਹੁੰਦੀ ਵੀ ਬੂਟਾ ਬਣ ਜਾਏ ਅਤੇ ਅੰਬ ਖਾਈਏ। ਇੱਕ ਦੂਸਰੇ ਦੋਸਤ ਨੂੰ ਪੁੱਛਦੇ, ਦੋਸਤ ਆਪਾਂ ਅੰਬ ਬੀਜਿਆ ਸੀ, ਚਲੋ ਜਾ ਕੇ ਵੇਖੀਏ ਉੱਗਿਆ ਕਿ ਨਹੀਂ। ਫਿਰ ਕੇ ਰੂੜੀ ਪੁੱਟੀ, ਰੂੜੀ ਪੁੱਟੀ ਅਤੇ ਗੁਥਲੀ ਪੁੱਟਤੀ, ਪਤਾ ਲੱਗ ਰਿਹਾ ਜੀ, ਗੁਥਲੀ ਪੁੱਟਤੀ, ਕਹਿੰਦੇ ਉੱਗਿਆ ਨਹੀਂ, ਫਿਰ ਦੱਬ ਦਿਓ। ਦੋ ਕੁ ਮਿੰਟ ਫਿਰ ਐਡੇ ਐਡੇ ਬੱਚੇ ਖੇਡਦੇ ਗਏ, ਚਲੋ ਫਿਰ ਵੀ ਕੀ ਉੱਗਿਆ ਨਹੀਂ। ਉਹਨਾਂ ਨੇ ਵੇਖ ਵੇਖ ਕੇ ਬੀਜ ਬੀਜ ਕੇ ਵੇਖ ਵੇਖ ਕੇ ਬੀਜ ਬੀਜ ਕੇ ਵੇਖ ਵੇਖ ਕੇ ਉਹਦੀ ਉੱਗਣ ਦੀ ਸ਼ਕਤੀ ਮਾਰਤੀ। ਜਿਹੜੇ ਤੁਸੀਂ ਘੜੀ ਮੁੜੀ ਕਹਿੰਦੇ ਹੋ ਨਾ ਮੇਰੀ ਅਵਸਥਾ ਬਣੀ ਆ ਕਿ ਨਹੀਂ, ਮੇਰਾ ਗੁਰੂ ਕਹਿੰਦਾ ਨਾਮ ਬੀਜ ਕੇ ਅਤੇ ਸੰਤੋਖ ਦਾ ਸੁਹਾਗਾ, ਸੁਹਾਗਾ ਨਹੀਂ ਪਤਾ ਹੋਣਾ, ਨਹੀਂ ਪੈਲੀ ਨੂੰ ਬੀਜ ਕੇ ਨਾ ਜ਼ਮੀਨ ਨੂੰ ਉਹਦੇ ਉੱਤੇ ਕਈ ਤਰ੍ਹਾਂ ਦੀ ਤੈਅ ਬਣਾਉਣ ਨੂੰ ਉਹਦੇ ਉੱਤੇ ਸੁਹਾਗਾ ਮਾਰੀਦਾ ਵੀ ਬੀਜ ਦੱਬਿਆ ਜਾਵੇ ਤਾਂ ਕਿ ਉਹਨੂੰ ਪਕਸ਼ੀ ਨਾ ਖਾ ਲੈਣ, ਬੀਜ ਨੂੰ ਛੁਪਾਉਣ ਨੂੰ ਨਾਮ ਬੀਜ ਸੁਹਾਗਾ। ਅਤੇ ਜਦੋਂ ਕਦੇ ਇਸ ਤਰ੍ਹਾਂ ਉੱਗ ਵੀ ਜਾਵੇ ਤਾਂ ਫਿਰ ਰੱਖ ਗਰੀਬੀ ਵੇਸ, ਸਾਰੇ ਕਰਮਾਂ ਵਿੱਚ ਗੁਰੂ ਨੇ ਅਗਵਾਈ ਕੀਤੀ ਆ। ਕੱਪੜੇ ਰੰਗਣ ਵਾਲੇ ਨੇ ਕੱਪੜੇ ਰੰਗਦਿਆਂ ਪਾ ਲਿਆ, ਖੇਤੀ ਕਰਨ ਵਾਲੇ ਨੇ ਖੇਤੀ 'ਚੋਂ ਹੀ ਪਾ ਲਿਆ, ਆਖ ਵਾਹਿਗੁਰੂ। ਜੁੱਤੀਆਂ ਗੰਢਣ ਵਾਲੇ ਨੇ, ਲੋਕ ਗੰਠ ਗੰਠ ਖਰਾਬ ਬਗੂਚਾ, ਪਤਾ ਲੱਗਾ ਰਵਿਦਾਸ ਸਾਹਿਬ ਕਹਿੰਦੇ ਲੋਕ ਕੱਪੜੇ ਜੁੱਤੀਆਂ ਗੰਢਦੇ ਵੀ ਪਛਤਾਏ, ਹਾਂ ਬਿਨ ਗੰਠੇ ਜਾਏ ਪਹੁੰਚਾ। ਮੈਂ ਹੁਣ ਜੁੱਤੀਆਂ ਗੰਢਣੀਆਂ ਛੱਡਤੀਆਂ ਨੇ ਫਿਰ ਵੀ ਪਹੁੰਚ ਗਏ, ਕਿਉਂਕਿ ਵਿੱਚੋਂ ਜੁਗਤੀ ਲੱਭ ਰਹੀ, ਬਾਹਰ ਦੀਆਂ ਜੁੱਤੀਆਂ ਗੰਢਦੇ ਨੇ, ਅੰਦਰਲਾ ਟਾਂਕਾ ਜੋੜ ਲਿਆ ਰੱਬ ਦੇ ਨਾਲ। ਤੁਸੀਂ ਵੀ ਜੋੜੋ। ਨਾਵੇਂ ਪਾਤਸ਼ਾਹ ਦੀ ਕਥਾ ਚੱਲ ਰਹੀ, ਥੋੜ੍ਹਾ ਜਿਹਾ ਸਮਾਂ ਰਹਿ ਗਿਆ। ਆਓ ਅੱਜ ਦੇ ਬਚਨ ਵਿੱਚ ਸਰਕਾਰ ਨੇ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਨਾਵੇਂ ਪਾਤਸ਼ਾਹ ਦੀ ਬਾਣੀ ਆ ਰਿਕਾਰਡ ਹੋ ਚੁੱਕੀ, ਆ ਕੁਛ ਸਲੋਕ ਬਾਕੀ ਨੇ ਜਿਹੜੇ ਇੱਥੇ ਤੁਸੀਂ ਵੀ ਵੇਖਿਓ, ਦਰਸ਼ਨ ਕਰਿਓ ਅਤੇ ਫਿਰ ਵੇਖਿਓ ਬਾਪੂ ਨੇ ਕਿੰਨੇ ਕਿੰਨੇ ਗਾਇਬੀ ਬਚਨ ਕੀਤੇ ਨੇ, ਜਿਨ੍ਹਾਂ ਨੂੰ ਆਪਾਂ ਮੱਥਾ ਟੇਕ ਕੇ ਮੁੜ ਗਏ। ਮੱਥਾ ਜ਼ਰੂਰ ਟੇਕਣਾ ਗੁਰੂ ਨੂੰ, ਸ਼ਰਧਾ ਨਾਲ ਸਿਰ ਨਵਾਉਣਾ ਹੈ, ਮਗਰ ਗੁਰੂ ਦੀ ਰਮਜ ਨੂੰ ਜਾਣਨਾ। ਅੱਖ ਵਾਹਿਗੁਰੂ ਕਹੋ ਕਬੀਰ, ਜਿਨ ਜਾਣਿਆ ਜਿਨ ਜੋ ਜਬ ਜਾਣਿਆ ਤਉ ਮਨ ਮਾਨਿਆ। ਨਹੀਂ ਮੈਂ ਹੋਰ ਕਹਿਣਾ ਚਾਹੁੰਦਾ ਸਿਪਾਹੀ ਸਾਹਿਬ, ਜਿਨ ਹਰ ਜਾਣਿਆ ਤਿਨੇ ਪਛਾਣਿਆ, ਇਹ ਤੁੱਕ ਹੋ ਰਿਹਾ, ਮੇਰੀ ਵੀ ਸੋਚੋਂ ਨਿਕਲੀ ਸੀ। ਜਿਨ ਹਰ ਮੈਂ ਤੁਹਾਨੂੰ ਜਾਣਦਾ ਨਹੀਂ ਭੈਣ ਜੀ ਨੂੰ, ਅਤੇ ਮੈਂ ਆਇਆ ਸ਼ਿਮਲੇ ਤੁਹਾਨੂੰ ਮਿਲਣਾ, ਮੈਂ ਤੁਹਾਨੂੰ ਕਦੀ ਵੇਖਿਆ ਨਹੀਂ, ਜੇ ਮੈਂ ਤੁਹਾਨੂੰ ਜਾਣਦਾ ਹਾਂ ਤਾਂ ਪਛਾਣ ਵੀ ਲਊਂ। ਜਦੋਂ ਤੁਸੀਂ ਰੱਬ ਨੂੰ ਜਾਣਦੇ ਹੀ ਨਹੀਂ,
ਹਾਜ਼ਰ ਹੋ ਜੀ ਰੱਬ ਨੂੰ, ਤੁਹਾਡੇ ਲਾਗੇ ਬਹਿ ਕੇ ਪ੍ਰਸ਼ਾਦਾ ਛੱਕ ਕੇ ਚਲੇ ਗਿਆ, ਤੁਹਾਡੇ ਨਾਲ ਗੱਲਾਂ ਕਰਕੇ ਚਲੇ ਗਿਆ, ਪਤਾ ਲੱਗ ਰਿਹਾ ਜੀ? ਨਹੀਂ ਨਹੀਂ ਅਜੇ ਪਤਾ, ਜਿਨ ਹਰ ਜਾਣਿਆ। ਮੈਂ ਤੁਹਾਨੂੰ ਜਾਣਦਾ ਵੀ ਤੁਸੀਂ ਗੁਰਦੁਆਰੇ ਦੇ ਪ੍ਰਧਾਨ ਹੋ, ਅਤੇ ਤੁਸੀਂ ਕਿਤੇ ਖਲੋਤੇ ਹੋ ਗਏ ਤਾਂ ਮੈਂ ਤੁਹਾਨੂੰ ਪਛਾਣ ਲੂੰਗਾ ਵੀ ਇਹ ਸ਼ਿਵਲੇ ਗੁਰਦੁਆਰੇ ਦੇ ਪ੍ਰਧਾਨ ਨੇ। ਜੇ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਅਤੇ ਤੁਸੀਂ ਮੇਰੇ ਕੋਲ ਤੁਰੇ, ਫਿਰ ਮੈਨੂੰ ਕੀ ਪਤਾ ਸ਼ਿਵਲੇ ਦੇ ਪ੍ਰਧਾਨ ਹੈ? ਇਤਨੇ ਰੱਬ ਨੂੰ ਜਿੰਨਾ ਚਿਰ ਤੁਸੀਂ ਜਾਣ ਅਤੇ ਜਾਣੋਗੇ ਕਿੱਥੋਂ? ਗੁਰੂ ਦੇ ਸ਼ਬਦ ਵਿੱਚੋਂ। ਅਸੀਂ ਲੋਕਾਂ ਕੋਲੋਂ ਕਹਾਣੀਆਂ ਸੁਣੀਆਂ ਨੇ, ਰੱਬ ਇਸ ਤਰ੍ਹਾਂ ਦਾ ਹੁੰਦਾ ਹੈ, ਮੇਰੇ ਕੋਲ ਆਇਆ ਉਹ 18 ਫੁੱਟ ਦਾ ਸੀ, ਉਹ ਇੰਨੇ ਫੁੱਟ ਦਾ ਸੀ, ਉਹਦਾ ਰੰਗ ਇਸ ਤਰ੍ਹਾਂ ਦਾ ਸੀ। ਨੋ 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 ਨੋ, ਇਹਦੇ ਕੋਲ ਪੁੱਛੋ ਰੱਬ ਕਿਸ ਤਰ੍ਹਾਂ ਦਾ ਹੈ। ਰੂਪ ਨਾ ਰੇਖ ਨਾ ਰੰਗ ਕਿਛ, ਨਾ ਰੂਪੇ ਨਾ ਰੰਗੇ, ਕੋਈ ਉਹਦਾ ਨਾ ਉਹਦਾ ਕੋਈ, ਅਤੇ ਸੱਚਮੁੱਚ ਕੋਲ ਹੀ ਤੁਰਿਆ ਫਿਰਦਾ ਹੈ ਤਾਂ ਪਛਾਣ ਹੈ। ਮੇਰਾ ਸਾਹਿਬ ਕਹਿੰਦਾ ਹੈ ਜਦੋਂ ਤੁਸੀਂ ਉਹਨੂੰ ਪਛਾਣ ਲਓਗੇ, ਜਾਣ ਲਓਗੇ, ਫਿਰ ਪਛਾਣੋਗੇ। ਪਹਿਲਾਂ ਤਾਂ ਜਾਣੋ ਵੀ ਸਾਡਾ ਗੁਰੂ ਕੌਣ ਹੈ। ਆਖੋ ਵਾਹਿਗੁਰੂ ਸਾਡਾ, ਅਤੇ ਫਿਰ ਜਦੋਂ ਪਤਾ ਲੱਗ ਜੂ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਆ, ਅਤੇ ਫਿਰ ਪਛਾਣ ਵੀ ਲਓਗੇ ਮੇਰੇ ਗੁਰੂ ਸਾਹਿਬ ਬੈਠੇ ਨੇ। ਇਹੋ ਹੀ ਪਛਾਣਨ ਵਿੱਚ ਭੋਲਿਆ, ਆਪਾਂ ਇੱਥੇ ਬੈਠੇ ਵੀ ਨਹੀਂ ਜਾਣਨ ਡੇ ਸਾਡੇ ਵਿੱਚ ਕਿਹੜੀ ਸ਼ਕਤੀ ਪ੍ਰਕਾਸ਼ਮਾਨ ਆ। ਬਸ ਇੰਨੀ ਕਹਾਣੀ। ਅੱਜ ਸਾਹਿਬ ਜੀ ਕਹਿੰਦੇ ਗਰਭ ਕਰਤ ਹੈ ਦੇਹ ਕੋ, ਅੱਜ ਦਾ ਸਲੋਕ ਤੁਸੀਂ ਵੀ ਕਰਦੇ ਹੋ ਨਾ, ਬੋਲੋ, ਇਸ ਸਰੀਰ ਦਾ ਹੰਕਾਰ ਕਰਦੇ ਹੋ ਨਾ, ਜਦੋਂ ਸ਼ੀਸ਼ੇ 'ਚ ਵਹਿੰਦੇ ਹੋ ਕਹਿੰਦੇ ਨਹੀਂ ਨਹੀਂ ਅਜੇ ਤਾਂ ਠੀਕ ਠਾਕ ਹੈ, ਝੁਰੜੀਆਂ ਨਹੀਂ ਪਈਆਂ, ਅੱਜ ਤਾਂ ਮੈਂ ਚੰਗਾ ਭਲਾ। ਕਹਿੰਦੇ ਨਹੀਂ ਰੋਜ਼, ਇੱਕ ਵਾਰ ਜਦੋਂ ਪੱਗ ਪੁੱਗ ਬੰਨ ਕੇ ਸੋਹਣੀ ਤਰ੍ਹਾਂ ਸਰਦਾਰ ਬਣ ਕੇ ਸ਼ੀਸ਼ੇ 'ਚ ਵਹਿੰਦੇ ਹਾਂ ਅਤੇ ਫਿਰ ਆਪਾਂ ਕਹਿੰਦੇ ਨਾ ਮੈਂ ਅਜੇ ਥੋੜ੍ਹਾ ਬੁੱਢਾ ਹੋ ਗਿਆ, ਅਹੰਕਾਰ ਕਰਦੀ ਹੈ ਦੇਹ ਦਾ। ਗਰਭ ਕਰਤ ਹੈ ਦੇਹ ਕੋ, ਅਤੇ ਅੱਗੇ ਨਾਵੇਂ ਪਾਤਸ਼ਾਹ ਕਹਿੰਦੇ ਸੱਜਣਾ ਬਹੁਤੀ ਗੱਲ ਨਹੀਂ, ਬਿਨਸੈ ਅੱਖ ਦੇ ਫਿਰਕੇ ਨਾਲ ਪਤਾ ਹੀ ਨਹੀਂ ਲੱਗਣਾ, ਤੁਰੇ ਤੁਰੇ ਜਾਂਦੇ ਮੂੰਹ ਭਰ ਡਿੱਗ ਪੈਣਾ। ਅੱਖ ਵਾਹਿਗੁਰੂ, ਅੱਗੇ ਕੀ ਲਿਖਿਆ, ਬਿਨਸੈ ਛਿਨ ਮੈਂ, ਛਿਨ ਛਿਨ ਮੀਨ ਅੱਖ ਦੇ, ਇੰਨਾ ਕੁ ਚਿਰ ਹੁਣ ਹੈਗੀ ਆ ਅਤੇ ਛਿਨ ਮਾਤਰ 'ਚ ਹੈ ਨਹੀਂ। ਅੱਖ ਵਾਹਿਗੁਰੂ, ਗਰਭ ਕਰਤ ਹੈ ਦੇਖੋ ਬਿਨਸੇ ਛਿਨ ਮੈਂ, ਆਪਣੇ ਆਪ ਨੂੰ ਕਿਹੋ, ਆਪਣੇ ਆਪ ਨੂੰ, ਆਪਣੇ ਆਪ ਨੂੰ ਮੇਰੀ ਧੀ ਕਵੇ ਵੀ ਤੈਨੂੰ ਗੁਰੂ ਕਹਿ ਰਿਹਾ, ਮੇਰਿਆ ਮਿੱਤਰਾ ਮੇਰੀ ਬੱਚੀਏ, ਇਹਦੀ ਕੋਈ ਬਹੁਤੀ ਗਰੰਟੀ ਨਹੀਂ। ਅੱਖ ਵਾਹਿਗੁਰੂ, ਜੇ ਪ੍ਰਾਣੀ ਹਰ ਜਸ ਕਹਿਓ, ਜਿਹੜੇ ਪ੍ਰਾਣੀ ਨੇ ਮਨੁੱਖਾਂ ਦੇ ਜਾਣ ਕੇ ਥੱਕ ਗਏ ਇੱਡੀ ਛੱਤੀ, ਸੁਚੇਤ ਹੋ ਕੇ ਬੈਠੋ। ਅੱਖ ਵਾਹਿਗੁਰੂ, ਜੇ ਪ੍ਰਾਣੀ ਇਸ ਮਨੁੱਖਾਂ ਦੇ ਜਾਣ ਕੇ ਕੀ ਕਿਹਾ, ਹਰੀ ਦਾ ਜਸ ਕੀਤਾ, ਨਾਨਕ ਤੇ ਜਗ ਜੀਤ, ਉਹਨੇ ਜਗਤੀ ਬਾਜੀ ਨੂੰ ਜਿੱਤ ਲਿਆ। ਕਿੰਨੇ ਇਸ ਤਰ੍ਹਾਂ ਤਾਂ ਨਹੀਂ ਲਿਖਿਆ, ਇਸ ਤਰ੍ਹਾਂ ਤਾਂ ਕੋਈ ਇਸ਼ਾਰਾ ਨਹੀਂ ਕੀਤਾ, ਜਿਹਨੇ ਪੈਸਾ ਬਹੁਤਾ ਕਮਾ ਲਿਆ ਜੱਗ ਨੂੰ ਜਿੱਤ ਕੇ ਚਲੇ ਗਿਆ, ਕੋਈ ਇਸ਼ਾਰਾ ਇਸ ਤਰ੍ਹਾਂ ਦਾ ਹੈ? ਜਿਹਨੇ ਪ੍ਰੋਪਰਟੀ ਬਹੁਤੀ ਬਣਾ ਲਈ ਉਹ ਜੱਗ ਨੂੰ ਜਿੱਤ ਕੇ, ਕੋਈ ਇਸ਼ਾਰਾ ਇਸ ਤਰ੍ਹਾਂ ਦਾ? ਕਿੰਨੇ ਜਿੱਤੀ, ਨਾਨਕ ਜੇ ਪ੍ਰਾਣੀ ਹਰ ਜਸ ਕਹਿਓ, ਜਿਹੜੇ ਪ੍ਰਾਣੀ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੇ ਬਾਜੀ ਜਿੱਤਣੀ ਤੇ ਜਪੋ ਇੱਕ ਮਨ ਇੱਕ ਚਿੱਤ ਹੋ ਗਏ।
ਵਾਹਿਗੁਰੂ 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 ਗੁਰੂ 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 ਅਕ ਸਤਨਾਮ ਸ੍ਰੀ ਵਾਹਿਗੁਰੂ। ਅਗਲੇ ਵਚਨ ਵਿੱਚ ਜਿਹ ਘੱਟ ਸਿਮਰਨ ਰਾਮ ਕੋ, ਘੱਟ ਬਣੇ ਸਰੀਰ, ਘੱਟ ਬਣੇ ਜਿਹੜੇ ਸਰੀਰ ਵਿੱਚ ਚੁਗਲੀ ਨਹੀਂ, ਇੱਕੋ ਚੀਜ਼ ਰਹਿਣੀ, ਜਾਂ ਚੁਗਲੀ ਜਾਂ ਸ਼ੋਭਾ, ਇੱਕ ਹੁੰਦੀ ਕਿਸੇ ਦੀ ਚੁਗਲੀ ਕਰਨੀ, ਇੱਕ ਹੁੰਦੀ ਕਿਸੇ ਦੀ ਸ਼ੋਭਾ ਕਰਨੀ, ਦੋ ਚੀਜ਼ਾਂ ਅੰਦਰ ਨਹੀਂ ਜੇ ਟਿਕਣੀਆਂ। ਆਖੋ ਵਾਹਿਗੁਰੂ, ਕਿਹੜੀ ਕਿਹੜੀ? ਜਾਂ ਤਾਂ ਚੁਗਲੀ ਨਿੰਦਾਰੂ ਨਾ ਜੇ ਫਿਰ, ਜਾਂ ਫਿਰ ਉਸਤਤ ਮਨ ਮੈਂ ਆਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ। ਦੋ ਚੀਜ਼ਾਂ ਚੋਂ ਇੱਕ ਚੀਜ਼ ਰਹਿਣੀ, ਜਿਹੜੀ ਮਰਜ਼ੀ ਰੱਖ ਲਓ। ਆਖੋ ਵਾਹਿਗੁਰੂ, ਜੇ ਤੁਸੀਂ ਕਹੋ ਮੈਂ ਚੁਗਲੀ ਵੀ ਕਰੀ ਜਾਵਾਂ ਇਸ ਜੀਭਾ ਨਾਲ, ਅਤੇ ਮੈਂ ਰੱਬ ਦੀ ਉਸਤਤ ਵੀ ਕਰੀ ਜਾਵਾਂ, ਅਤੇ ਇਹ ਥਾਂ ਨਹੀਂ ਜੇ ਪੈਣੀ। ਇੱਕੋ ਹੀ ਗੱਲ ਕਹੀ ਜੇ ਘੱਟ ਸਿਮਰਨ ਰਾਮ ਕੋ, ਜਿਹੜੇ ਹਿਰਦੇ ਦੇ ਵਿੱਚ ਨਿੰਦਾ ਨਹੀਂ, ਚੁਗਲੀ ਨਹੀਂ, ਕੀ ਆ ਨਹੀਂ ਅੰਦਰ ਕੀ ਆ ਫਿਰ? ਚੁਗਲੀ ਨਿੰਦਾ ਨਹੀਂ ਤਾਂ ਕੀ ਹੈ? ਰਾਮ ਦਾ ਸਿਮਰਨ ਹੈ। ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ। ਮੇਰਾ ਬਾਬਾ ਕਹਿੰਦਾ ਉਹਨੂੰ ਮੁਕਤ ਜਾਣ, ਉਹਨੂੰ ਜਾਣ, ਇਹ ਜਿਹਦੇ ਹਿਰਦੇ 'ਚ ਚੱਲੀ ਜਾਂਦਾ ਨਾ 24 ਘੰਟੇ ਵਾਹਿਗੁਰੂ ਵਾਹਿਗੁਰੂ, ਅਤੇ ਤੁਸੀਂ ਉਹਦੇ ਸਰਟੀਫਿਕੇਟ ਨਾ ਵੇਖਣੇ। ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨੂੰ ਸਰਟੀਫਿਕੇਟ ਦੇ ਦਿੱਤਾ ਹੈ ਵੀ ਜਿਹੜੇ ਹਿਰਦੇ 'ਚ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ, ਸਮਝ ਲਓ ਉਹ ਬੰਦਾ ਮੁਕਤ ਹੋ ਚੁੱਕਿਆ। ਬੰਦਾ ਮੁਕਤ ਕਾਹਦੇ ਤੋਂ ਹੋਣਾ ਹੈ? ਨਿੰਦਾ ਤੋਂ, ਚੁਗਲੀ ਤੋਂ। ਮੁਕਤੀ ਕੋਈ ਇਸ ਤਰ੍ਹਾਂ ਦੀ ਰੱਸੀ ਨਹੀਂ ਕਿ ਜਿਹੜੀ ਟੁੱਟ ਜਾਣੀ ਆ। ਤੁਹਾਡੇ ਸੁਭਾਅ ਦੇ ਵਿੱਚੋਂ ਨਿੰਦਾ ਨਿਕਲ ਜਾਣੀ, ਚੁਗਲੀ ਨਿਕਲ ਜਾਣੀ, ਈਰਖਾ ਨਿਕਲ ਜਾਣੀ, ਦਵੈਤ ਨਿਕਲ ਜਾਣੀ, ਸਮਝ ਲਓ ਬੰਦਾ ਝੂਠ ਛੁੱਟ ਗਿਆ, ਵਿਕਾਰ ਛੁੱਟ ਗਏ, ਇਹ ਸਾਰਿਆਂ ਦੀ ਛੁੱਟੀ ਹੋ ਗਈ ਅਤੇ ਬੰਦਾ ਮੁਕਤ ਹੋ ਗਿਆ। ਤੇ ਨਰ ਹਰ ਅੰਤਰ ਨਹੀਂ, ਤੇ ਨਰ ਹਰ ਅੰਤਰ ਨਹੀਂ, ਉਸ ਬੰਦੇ ਵਿੱਚ ਅਤੇ ਪਰਮੇਸ਼ਵਰ ਵਿੱਚ ਕੋਈ ਭੇਦ ਨਹੀਂ ਹੋਣਾ। ਨਾਨਕ ਸੱਚੀ, ਇਹ ਸੱਚੀ ਗੱਲ ਮੰਨ ਲਾ ਬੰਦਿਆ, ਜਿਸ ਹਿਰਦੇ ਦੇ ਵਿੱਚ ਰੱਬ ਦੀ ਬੰਦਗੀ ਆ ਗਈ, ਜਿਸ ਹਿਰਦੇ ਵਿੱਚ ਰੱਬ ਦਾ ਪਿਆਰ ਆ ਗਿਆ, ਨਿੰਦਾ ਚੁਗਲੀ ਨਿਕਲ ਗਈ, ਸਮਝ ਲਵੀਂ ਉਹ ਬੰਦਾ ਰੱਬ ਦਾ ਰੂਪ ਹੋ ਗਿਆ। ਰੱਬ ਨੂੰ ਮਿਲਿਆ ਨਹੀਂ, ਆਪ ਹੀ ਰੱਬ ਹੋ ਗਿਆ। ਕਬੀਰ ਆਪ ਹੀ ਰੱਬ ਹੋ ਗਿਆ ਸੀ। ਅਬ ਤੋ ਜਾਏ ਚੜ੍ਹੇ ਸੰਘਾਸਣ, ਮਿਲ ਹੈ ਸਾਰੰਗ ਪਾਣੀ। ਅੱਗੇ ਕੀ ਲਿਖਿਆ? ਰਾਮ ਕਬੀਰਾ। ਅੱਗੇ ਕੀ ਆ? ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਰੱਬ ਵੱਖਰਾ ਕਿ ਕਬੀਰ ਵੱਖਰਾ। ਅਤੇ ਉੱਥੇ ਤਾਂ ਫਾਜ਼ਿਲਕੇ ਕਹਿ ਕੇ ਆਇਆ, ਆਖੋ ਵਾਹਿਗੁਰੂ। ਕਬੀਰ ਮਨ ਨਿਰਮਲ ਭਇਆ, ਬੋਲੋ ਹਾਂ ਕਿੰਨਾ ਕੁ? ਜੈਸਾ ਗੰਗਾ ਨੀਰ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਇੰਨਾ ਪਵਿੱਤਰ ਹੋ ਗਿਆ, ਹੁਣ ਰੱਬ ਨੂੰ ਨਹੀਂ ਲੱਭਦਾ। ਰੱਬ ਨੂੰ ਕੀ ਹੁੰਦਾ ਹੈ? ਰੱਬ ਇਹਨੂੰ ਲੱਭਦਾ ਹੈ। ਤੇ ਆਵਾਜ਼ਾਂ ਵੀ ਹੌਲੀ ਹੌਲੀ ਨਹੀਂ ਮਾਰਦਾ, ਕਬੀਰ ਕਹਿਤ
ਕਬੀਰ ਕਬੀਰ ਅਤੇ ਆਪਾਂ ਇਸ ਤਰ੍ਹਾਂ ਕਿਉਂ ਨਾ ਕਹੀਏ ਵੀ ਉੱਚੀ ਉੱਚੀ ਆਵਾਜ਼ਾਂ ਮਾਰਦਾ, ਕਬੀਰ ਆਵਾਜ਼ ਦਿੰਦਾ ਨਹੀਂ, ਆਖੋ ਵਾਹਿਗੁਰੂ ਕਬੀਰ ਅੱਗੋਂ ਉੱਚੀ ਬੋਲੋ ਕਬੀਰ ਅੱਗੋਂ ਉਹ ਕੀ ਕਹਿੰਦਾ ਕਬੀਰ ਕਬੀਰ ਯਾਰ ਤੂੰ ਬੋਲਦਾ ਹੀ ਨਹੀਂ। ਅੱਗੋਂ ਕਬੀਰ ਕਹਿੰਦਾ ਤੂੰ ਕਿੰਨੇ ਜਨਮ ਨਹੀਂ ਬੋਲਿਆ, ਨਹੀਂ ਨਹੀਂ ਪਤਾ ਲੱਗਾ ਜੀ ਤੂੰ ਤੂੰ ਤੇ 10 ਕੁ ਮਿੰਟ ਹੀ ਆਵਾਜ਼ਾਂ ਮਾਰੀਆਂ, ਅਸੀਂ ਤੇ ਕਈ ਜਨਮਾਂ ਤੋਂ ਤੈਨੂੰ ਮਾਰ ਰਹੇ ਹਾਂ, ਤੂੰ ਐਡੀ ਛੇਤੀ ਕਾਲਾ ਪੈ ਗਿਆ ਸੱਜਣਾ। ਇੰਨਾ ਇੱਕ ਹੋ ਜਾਂਦੇ ਨੇ, ਦੋਸਤਾਂ ਵਾਲੀਆਂ ਗੱਲਾਂ ਕਰਦੇ, ਮਿੱਤਰਾਂ ਵਾਲੀਆਂ ਗੱਲਾਂ ਕਰਦੇ, ਯਾਰ ਬਣਾ ਕੇ ਗੱਲਾਂ ਕਰਦੇ, ਪਤੀ ਬਣਾ ਕੇ ਗੱਲਾਂ ਕਰਦੇ। ਆਖੋ ਵਾਹਿਗੁਰੂ ਕੀ ਬਣਾ ਕੇ, ਅਲਪ ਸੁੱਖ ਛਾੜ ਬੋਲੋ ਭਲਾ, ਅਲਪ ਕਿਹਨੂੰ ਕਹਿੰਦੇ ਤੁਸੀਂ ਹਿੰਦੀ, ਆ ਥੋੜ੍ਹਾ ਸ਼ਾਬਾਸ਼, ਜਿਹੜੇ ਥੋੜ੍ਹੇ ਥੋੜ੍ਹੇ ਸੁੱਖ ਨੇ ਜਿੰਦਣ ਜਿੰਦ ਛੱਡ ਦਿੰਦੀ, ਅਲਪ ਸੁੱਖ ਛਾੜ ਪਰਮ ਸੁੱਖ ਪਾਵਾਂ ਬੋਲੋ। ਬਸ ਸਮਾਪਤੀ ਹੈ, ਇੱਕ ਵਾਰੀ ਹੋਰ ਲਾ ਕੇ ਸੁਰਤ ਤੇ ਬੋਲੋ ਅਲਪ ਸੁੱਖ। ਅੱਜ ਦੇ ਘਰਾਂ ਦੇ ਸੁੱਖ ਨੇ ਸਦਾ ਰਹਿਣ ਵਾਲੇ ਕਿ ਥੋੜ੍ਹੇ ਜਿਹੇ ਨੇ, ਇਹ ਗੱਡੀਆਂ ਦੇ ਕਾਰੋਬਾਰਾਂ ਦੇ ਸ਼ੋਹਰਤ ਦੇ ਸੁੱਖ ਛੋਟੇ ਨੇ ਨਾ। ਮੇਰਾ ਬਾਬਾ ਕਹਿੰਦਾ ਜਿੱਦਣ ਕੋਈ ਜੀਵ ਆਤਮਾ ਇਹ ਛੋਟੇ ਸੁੱਖਾਂ ਨੂੰ ਛੱਡ ਕੇ ਵੱਡੇ ਸੁੱਖਾਂ ਦੀ ਭਾਲ 'ਚ ਨਿਕਲਦੀ, ਵੀ ਵੱਡਾ ਪਰਮ ਪਰਮ ਪਰਮਾਨੇ ਵਾਹਿਗੁਰੂ ਪਰਮੇਸ਼ਵਰ ਉਹਦੇ ਸੁੱਖ ਨੂੰ ਜਿੱਡਾ ਉਹ ਵੱਡਾ ਓਡੇ ਹੀ ਉਹਦੇ ਸੁੱਖ ਵੱਡੇ ਨੇ। ਅਲਪ ਸੁੱਖ ਛਾੜ ਪਰਮ ਸੁੱਖ ਪਾਵਾਂ ਤਬ ਇਹ ਤ੍ਰਿਯ ਤਬ ਇਹ ਤ੍ਰਿਯ ਉਹ ਕੰਤ ਕਹਾਵਾ ਤਬ ਇਹ ਤ੍ਰਿਯ। ਪਤਾ ਲੱਗਾ ਜੀ ਪੁੱਤ, ਨਹੀਂ ਦੱਸਦਾ ਦੱਸਦਾ, ਹੱਥ ਖੜਾ ਕਰ ਲਿਆ ਕਰੋ। ਜਿੱਦਣ ਜੀਵ ਆਤਮਾ ਉਸ ਪਰਮ ਸੁੱਖ ਦੀ ਪ੍ਰਾਪਤੀ ਲਈ ਜਾਊਗੀ ਅਤੇ ਆਖੂਗੀ ਮੈਨੂੰ ਛੋਟਾ ਸੁੱਖ ਚਾਹੀਦਾ ਹੀ ਚਾਹੀਦਾ ਹੀ ਨਹੀਂ, ਮੈਨੂੰ ਵੱਡਾ ਸੁੱਖ ਚਾਹੀਦਾ, ਅਤੇ ਸਮਝ ਲਓ ਹੁਣ ਇਹ ਵੱਡੇ ਸੁੱਖ ਵਾਲੇ ਦੀ ਘਰ ਦੀ ਬਣ ਗਈ ਹੈ। ਅਤੇ ਉਹਨੂੰ ਵੀ ਪਤਾ ਲੱਗ ਗਿਆ ਵੀ ਇਹਨੂੰ ਹੁਣ ਦੁਨੀਆਂ ਦੇ ਸੁੱਖ ਚੰਗੇ ਨਹੀਂ ਲੱਗਦੇ, ਇਹ ਮੇਰੀ ਬਣ ਗਈ। ਤਬ ਇਹ ਤ੍ਰਿਆ ਇਹ ਜੀਵਾਤਮਾ ਤ੍ਰਿਆ ਬਣੇ ਇਸਤਰੀ, ਇਹ ਉਹਦੀ ਇਸਤਰੀ ਬਣ ਜਾਂਦੀ। ਤਬ ਇਹ ਤ੍ਰਿਆ ਉਹ ਕੰਤ ਕਹਾਵਾ, ਪਤਾ ਨਹੀਂ ਲੱਗਾ ਉਹ ਪਤੀ ਇਹਦਾ ਫਿਰ ਕੰਤ ਕਹਾਉਂਦਾ, ਉਹ ਰੱਬ ਇਹਦਾ ਕੰਤ ਕਹਾਉਂਦਾ ਵੀ ਮੈਂ ਇਹਦਾ ਖਸਮਾ ਦੁਨੀਆਂ ਦੇ ਲੋਕੋ, ਇਹ ਵੈਸੇ ਨਹੀਂ ਤੁਰੀ ਫਿਰਦੀ, ਇਹ ਮੇਰੇ ਘਰ ਦੀ ਆ। ਇਸ ਤਰ੍ਹਾਂ ਜਿੱਦਣ ਸਿੱਖ ਰਜਾ 'ਚ ਆ ਜਾਂਦਾ ਹੈ, ਗੁਰੂ ਕਹਿੰਦਾ ਦੁਨੀਆਂ ਦੇ ਲੋਕੋ ਕਰੀ ਸਾਜਨਾ ਜਾਸਕੀ ਮੋਏ ਜੋ ਆਪਣੇ ਹੱਥ ਇਨਕੀ ਸੰਸਰ ਜੋ ਕਰੂ ਜਲ ਜਾਊ ਕੁਲ ਸਾਥ। ਇਹ ਮੇਰਾ ਸਿੱਖ ਹੈ, ਇਹਦੇ ਵੱਲ ਉਂਗਲ ਕਰਨ ਵਾਲਾ ਕੁਲਾਂ ਸਮੇਤ ਜਲ ਕੇ ਰਾਖ ਹੋ ਜੂ, ਇਹ ਗੁਰੂ ਕਹਿੰਦਾ। ਰੋਜ਼ ਆਇਆ ਕਰੋ, ਸਤਿਗੁਰ ਕਿਰਪਾ ਕਰੇ। ਅਗਲੇ ਦਲੋ ਸਲੋਕ ਸਵੇਰੇ ਵਿਚਾਰਾਂਗੇ, ਕੱਲ੍ਹ ਸ਼ਾਮ ਨੂੰ ਫਿਰ ਰਹਿੰਦੇ ਦਿਨਾਂ ਤੱਕ ਇਤਨਾ ਲੱਗਦਾ ਹੈ ਵੀ ਆਪਾਂ ਨਵੇਂ ਪਾਤਸ਼ਾਹ ਦੇ ਬਚਨਾਂ ਦੀ ਸੰਪੂਰਨਤਾ ਕਰ ਲਾਂਗੇ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਇੱਕ ਬੜੀ ਵੱਡੀ ਸੇਵਾ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ। ਅੱਗੇ ਬੋਲੋ, ਆਪ ਆਏ ਹੋ ਨਾ ਇੱਥੇ ਤੇ ਵਾਹਿਗੁਰੂ ਵਾਹਿਗੁਰੂ ਕਿਹਾ, ਕਿਸੇ ਹੋਰ ਨੂੰ ਪ੍ਰੇਰ ਕੇ ਲਿਆਇਓ ਕਿਸੇ, ਅਤੇ ਉਹਦੇ ਮੂੰਹ 'ਚੋਂ ਵੀ ਵਾਹਿਗੁਰੂ ਕਢਾਇਓ। ਜਿਹਨੂੰ ਪ੍ਰੇਰ ਕੇ ਲਿਆਓਗੇ ਨਾ ਸੱਚਮੁੱਚ ਹੀ, ਜਿੰਨੀ ਵਾਰ ਉਹ ਵਾਹਿਗੁਰੂ ਕਹਿ ਕੇ ਜਾਊਗਾ ਉਹਦੇ 'ਚੋਂ ਤੁਹਾਨੂੰ ਵੀ। ਤੁਸੀਂ ਬੀਮਾ ਕਰਨ ਵਾਲੇ ਵੇਖੇ, ਇਨਸ਼ੋਰੈਂਸ ਕਰਨ ਵਾਲੇ,
ਅਤੇ ਗਾਂਹ ਦੇ ਗਾਂਹ ਜਿੰਨੇ ਮੈਂਬਰ ਵੱਧਦੇ ਜਾਂਦੇ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਬੋਲੋ ਉਹਨੂੰ ਆਉਂਦਾ ਨਾ ਬੈਨੀਫਿਟ। ਜਿੰਨੇ ਗਾਂਹ ਲੋਕ ਰੱਬ ਨਾਲ ਜੁੜਨਗੇ ਸੱਚਮੁੱਚ ਤੁਹਾਨੂੰ ਅਸੀਸਾਂ ਮਿਲਣਗੀਆਂ। ਹੋਰਨਾਂ ਨੂੰ ਪ੍ਰੇਰ ਕੇ ਲਿਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।